ਡਾਕਟਰ ਵਣਜਾਰਾ ਬੇਦੀ ਦੀ ਪੁਸਤਕ ਮੇਰਾ ਨਾਨਕਾ ਪਿੰਡ ਦਾ ਅੰਗ ਹੈ ਸਾਇਆ। ਪਿੰਡਾਂ 'ਚ ਸਾਏ ਦਾ ਭਰਮ ਕਾਫੀ ਪ੍ਰਚਲਿਤ ਹੈ। ਲੋਕ ਮਨ ਦੀ ਧਾਰਨਾ ਹੈ ਕਿ ਆਪਣੇ ਸਾਏ 'ਚ ਅਸਲ ਪ੍ਰਾਣੀ ਪੂਰੇ ਗੌਰਵ 'ਚ ਮੌਜੂਦ ਹੁੰਦਾ ਹੈ, ਇਸ ਲਈ ਸਾਇਆ ਓਨਾ ਹੀ ਕਰੂਰ ਅਤੇ ਤਿੱਖਾ ਹੁੰਦਾ ਜਿੰਨਾ ਕਿ ਮੂਲ ਪ੍ਰਾਣੀ। ਇਸ ਵਿਸ਼ਵਾਸ ਦਾ ਆਧਾਰ ਟੂਣਾ ਚਿੰਤਨ ਹੈ ਜਿਸ ਅਨੁਸਾਰ ਅਸਲ ਦੇ ਪ੍ਰਤੀਬਿੰਬ ਵਿੱਚ ਕੋਈ ਅੰਤਰ ਨਹੀਂ ਮੰਨਿਆ ਗਿਆ। ਲੋਕਾਂ ਦਾ ਵਿਸ਼ਵਾਸ ਹੈ ਕਿ ਕਈ ਬਿਮਾਰੀਆਂ ਜ਼ਰੂਰ ਸਾਏ ਦਾ ਫਲ ਹੁੰਦੀਆਂ ਨੇ। ਜੇ ਕਿਸੇ ਤੀਵੀਂ ਦਾ ਦੁੱਧ ਚੁੰਘਦਾ ਬੱਚਾ ਗੁਜ਼ਰ ਜਾਏ ਤਾਂ ਉਸ ਤੀਵੀਂ ਦਾ ਦੁੱਧ ਸੁੱਕਣ ਤੱਕ ਉਹਦੇ ਸਾਏ ਦਾ ਭਰਮ ਮੰਨਦੀ ਹੈ। ਅਜਿਹੀ ਤੀਵੀਂ ਦਾ ਸਾਇਆ ਜੇ ਕਿਸੇ ਦੁੱਧ ਪੁੱਤਰ ਵਾਲੀ ਤੀਵੀਂ 'ਤੇ ਪੈ ਜਾਏ ਤਾਂ ਉਹਦਾ ਦੁੱਧ ਸੁੱਕ ਜਾਂਦਾ, ਨਾਲੇ ਬੱਚੇ ਨੂੰ ਸੋਕੇ ਦੀ ਬਿਮਾਰੀ ਲੱਗ ਜਾਂਦੀ ਹੈ। ਅਠਰਾਹੇ ਵਾਲੀ ਤੀਵੀਂ ਦਾ ਸਾਇਆ ਤਾਂ ਬਹੁਤ ਖਤਰਨਾਕ ਮੰਨਿਆ ਗਿਆ। ਅਜਿਹੀ ਤੀਵੀਂ ਦਾ ਗਰਭ ਜਾਂ ਤਾਂ ਕੁਝ ਦਿਨਾਂ ਮਗਰੋਂ ਡਿੱਗ ਪੈਂਦਾ ਜਾਂ ਅਠਮਾਏ ਬਾਲ ਪੈਦਾ ਹੁੰਦੇ ਆ ਜੋ ਸੁੱਕ ਕੇ ਮਰ ਜਾਂਦੇ ਨੇ। ਅਠਰਾਹੇ ਵਾਲੀ ਤੀਵੀਂ ਦਾ ਸਾਇਆ ਜੇ ਕਿਸੇ ਗਰਭਪਤੀ 'ਤੇ ਪੈ ਜਾਏ ਉਹਦੇ ਗਰਭ ਵੀ ਨਹੀਂ ਠਹਿਰਦਾ। ਸਾਏ 'ਚ ਬੜੀ ਸ਼ਕਤੀ ਮੰਨੀ ਗਈ ਹੈ। ਕਹਿੰਦੇ ਨੇ ਗਰਭਵਤੀ ਤੀਵੀਂ ਦਾ ਸਾਇਆ ਜੇ ਸੱਪ 'ਤੇ ਪੈ ਜਾਏ ਉਹਨਾਂ ਹੋ ਜਾਂਦਾ, ਅਤੇ ਜਾਂ ਉਹਦੀਆਂ ਅੱਖਾਂ ਅੱਗੇ ਅਜਿਹਾ ਹਨੇਰਾ ਛਾ ਜਾਂਦਾ ਕਿ ਉਹਦੀ ਤੋਰ ਮੱਠੀ ਪੈ ਜਾਂਦੀ ਹੈ। ਸਭ ਤੋਂ ਭਿਆਨਕ ਸਾਇਆ ਭੂਤਾਂ ਪ੍ਰੇਤਾਂ ਦਾ ਮੰਨਿਆ ਗਿਆ। ਲੋਕਾਂ ਦਾ ਵਿਸ਼ਵਾਸ ਹੈ ਕਿ ਬਹੁਤੀਆਂ ਬਿਮਾਰੀਆਂ ਪ੍ਰੇਤ ਰੂਹਾਂ ਹੀ ਫੈਲਾਉਂਦੀਆਂ ਨੇ। ਜਿਸ ਸ਼ਖਸ ਉੱਤੇ ਪ੍ਰੇਤ ਦਾ ਸਾਇਆ ਪੈ ਜਾਏ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਪ੍ਰੇਤ ਦਾ ਸਾਇਆ ਖਾਣ ਵਾਲੀ ਚੀਜ਼ 'ਤੇ ਪੈ ਜਾਂਦਾ ਜਿਹਨੂੰ ਖਾ ਕੇ ਪ੍ਰਾਣੀ ਰੋਗੀ ਹੋ ਜਾਂਦਾ। ਕਦੇ ਉਹਨੂੰ ਤਾਪ ਚੜ੍ਹ ਜਾਂਦਾ, ਕਦੇ ਖੰਘ ਛਿੜ ਜਾਂਦੀ ਹੈ, ਕਦੇ ਹੱਡ ਪੈਰ ਦੁਖਣ ਲੱਗਦੇ ਨੇ, ਅਤੇ ਜੇ ਪ੍ਰੇਤ ਜ਼ਿਆਦਾ ਕਰੂਰ ਹੋਵੇ ਤਾਂ ਰੋਗੀ ਸੁੱਕਣਾ ਸ਼ੁਰੂ ਹੋ ਜਾਂਦਾ, ਉਹਨੂੰ ਖਈ ਰੋਗ ਹੋ ਜਾਂਦਾ। ਕਈ ਵਾਰ ਕੋਈ ਪ੍ਰੇਤ ਕਿਸੇ ਪ੍ਰਾਣੀ ਦੇ ਸਰੀਰ 'ਚ ਦਾਖਲ ਹੋ ਕੇ ਉਹਦਾ ਸਰੀਰ ਭੋਗਦਾ, ਉਹਨੂੰ ਵੀ ਸਾਇਆ ਹੀ ਕਹਿੰਦੇ ਆ। ਅਜਿਹੇ ਰੋਗੀ ਨੂੰ ਫਿੱਟ ਪੈਂਦੇ ਆ, ਕਿੰਨਾ ਕਿੰਨਾ ਚਿਰ ਉਹ ਬੇਸੁੱਧ ਪਿਆ ਰਹਿੰਦਾ। ਕਈ ਵਾਰ ਉਹ ਊਲ ਜਲੂਲ ਬੋਲਦਾ, ਵਾਹ ਵੇਲੀਆਂ ਕਰਦਾ, ਕਈ ਵਾਰ ਉਹ ਚੁੱਪ ਚੁਪੀਤਾ ਸੁਣਮ ਸੁਣ ਬੈਠਾ ਰਹਿੰਦਾ। ਲੋਕ ਕਹਿੰਦੇ ਨੇ ਭੂਤ ਪ੍ਰੇਤ ਨੂੰ ਨਾਰਾਜ਼ ਕਰਨਾ ਠੀਕ ਨਹੀਂ। ਜੇ ਕਿਸੇ ਭੂਤ ਪ੍ਰੇਤ ਦੇ ਠਿਕਾਣੇ ਕੋਲੋਂ ਹਨੇਰੇ ਸਵੇਰੇ ਲੰਘਿਆ ਜਾਏ ਜਾਂ ਉੱਥੇ ਟੱਟੀ ਪਿਸ਼ਾਬ ਕੀਤਾ ਜਾਏ ਤਾਂ ਭੂਤ ਪ੍ਰੇਤ ਅਵਗਿਆ ਕਰਨ ਵਾਲੇ ਨੂੰ ਕਈ ਵਾਰ ਝੰਬੜ ਜਾਂਦਾ। ਉਹਦੀ ਕਾਇਆ 'ਚ ਦਾਖਲ ਹੋ ਕੇ ਉਹਨੂੰ ਸਤਾਉਂਦੇ ਆ, ਅਤੇ ਸਾਏ ਵਾਲਾ ਸ਼ਖਸ ਜੋ ਕੁਝ ਵੀ ਊਲ ਜਲੂਲ ਬੋਲਦਾ ਉਹਦੇ ਅੰਦਰ ਵਸੇ ਭੂਤ ਪ੍ਰੇਤ ਦੀ ਆਵਾਜ਼ ਹੁੰਦੀ ਹੈ। ਸਾਏ ਵਾਲੇ ਦਾ ਇਲਾਜ ਪਿੰਡ ਦੇ ਕਿਸੇ ਅਜਿਹੇ ਸਾਧ ਚੇਲੇ ਜਾਂ ਪੀਰ ਤੋਂ ਕਰਵਾਇਆ ਜਾਂਦਾ ਜਿਹਨੇ ਭੂਤਾਂ ਪ੍ਰੇਤਾਂ ਨੂੰ ਵਸ 'ਚ ਕੀਤਾ ਹੋਵੇ। ਪਿੰਡ 'ਚ ਇੱਕ ਸਾਧ ਰਹਿੰਦਾ ਸੀ ਜਿਹਨੇ ਨਰਸਿੰਘ ਵੀਰ ਨੂੰ ਵਸ ਕੀਤਾ ਸੀ। ਉਹ ਭੂਤਾਂ ਪ੍ਰੇਤਾਂ ਦੇ ਸਾਏ ਦਾ ਇਲਾਜ ਕਰਦਾ ਸੀ ਅਤੇ ਵੀਰ ਨੂੰ ਵਸ 'ਚ ਕਰਨ ਲਈ ਉਹਨੇ ਕਈ ਚਿਲੇ ਕੱਟੇ ਸੀ ਅਤੇ ਨਾਨਾ ਜੀ ਦੀ ਹੱਟੀ 'ਤੇ ਅਕਸਰ ਸਾਧ ਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ। ਲੋਕ ਗੱਲਾਂ ਕਰਦੇ, ਚਿਲਾ ਕੱਟਣ ਲਈ ਸਾਧ ਪੂਰੇ 40 ਦਿਨ ਮੜੀਆਂ 'ਚ ਇੱਕ ਵੱਡੇ ਸਾਰੇ ਬੋਹੜ ਹੇਠਾਂ ਸਮਾਧੀ 'ਚ ਬੈਠਾ ਰਿਹਾ। ਪਹਿਲਾਂ ਉਹਨੇ ਇੱਕ ਛੁਰੀ ਨਾਲ ਕਾਰ ਕੱਢੀ, ਫਿਰ ਦੁਆਲੇ ਮੰਤਰ ਪੜ੍ਹਦੇ 7 ਗੇੜੇ ਕੱਟ ਕੇ ਵਿਚਕਾਰ ਛੁਰੀ ਕੱਢ ਦਿੱਤੀ। ਛੁਰੀ ਦੇ ਕੋਲ ਆਟੇ ਦਾ ਇੱਕ ਦੀਵਾ ਬਣਾ ਕੇ ਜਲਾਇਆ। ਦੀਵੇ 'ਚ ਕੇਵਲ ਸ਼ੁੱਧ ਗੋਕਾ ਘਿਓ ਪਾਇਆ ਗਿਆ। ਫਿਰ ਸਾਧ ਹਰ ਰੋਜ਼ 108 ਵਾਰ ਕਿਸੇ ਮੰਤਰ ਦਾ ਜਾਪ ਕੀਤਾ ਕਰਦਾ, ਬਾਕੀ ਸਮਾਂ ਵੀਰ ਦੀ ਆਰਾਧਨਾ 'ਚ ਗੁਜ਼ਾਰਦਾ, ਅਤੇ ਜਦੋਂ ਕਦੇ ਉਹਦਾ ਮਨ ਤ੍ਰਭਕਦਾ ਉਹ ਗੋਰਖਨਾਥ ਦੀ ਰੱਖ ਪੜ੍ਹਦਾ। ਰੱਖ 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 ਗੁਰੂ ਗੋਰਖਨਾਥ ਦੀ ਰੱਖ, ਜੋ ਬਲਾ ਆਵੇ ਸੋ ਟਲ, ਨਾ ਟਲੇ ਤਾਂ ਹੋ ਜਾਏ ਕੱਖ। ਅਤੇ ਕਰੂਰ ਸ਼ਕਤੀਆਂ ਨੂੰ ਪਸਮਾਉਣ ਵਾਸਤੇ ਉਹ ਹਫ਼ਤੇ 'ਚ ਇੱਕ ਦਿਨ ਸ਼ਨਿਚਰਵਾਰ ਨੂੰ ਬੱਕਰੇ ਦੀ ਬਲੀ ਦਿੱਤਾ। 40 ਦਿਨਾਂ ਦੀ ਕਰੜੀ ਸਾਧਨਾ ਮਗਰੋਂ ਵੀਰ ਨਰਸਿੰਘ ਦੇ ਪ੍ਰਗਟ ਹੋਣ ਦੇ ਆਸਾਰ ਦਿਸੇ। ਪਹਿਲਾਂ ਉਹਦੇ ਘੋੜੇ ਦੀਆਂ ਟੱਪਾਂ ਸੁਣੀਆਂ, ਫਿਰ ਉਸ ਪ੍ਰਤੱਖ ਦਰਸ਼ਨ ਦਿੱਤੇ। ਨਰਸਿੰਘ ਦੇ ਇੱਕ ਹੱਥ 'ਚ ਬਰਛਾ ਫੜਿਆ ਸੀ ਅਤੇ ਦੂਜੇ 'ਚ ਘੋੜੇ ਦੀ ਲਗਾਮ। ਰੂਪ ਬੜਾ ਵਿਕਰਾਲ, ਮੋਟੇ ਠੁੱਲੇ ਲਟਕਦੇ ਹੋਠ, ਦੰਦ ਚੌੜੇ ਬਾਹਰ ਨਿਕਲੇ ਹੋਏ, ਅੱਖਾਂ ਡਰਾਉਣੀਆਂ ਅਤੇ ਘੂਰਦੀਆਂ, ਨਾਸਾਂ ਬੇਟਭੀਆਂ ਅਤੇ ਫੁੱਲੀਆਂ ਹੋਈਆਂ, ਸਿਰ 'ਤੇ ਝਾੜੀਆਂ ਵਾਂਗ ਉਲਝੇ ਹੋਏ ਸੰਘਣੇ ਵਾਲ। ਜਦੋਂ ਵੀਰ ਪ੍ਰਗਟ ਹੋਇਆ ਤਾਂ ਸਾਧ ਨੇ ਦਿਲ ਨੂੰ ਪੱਕਾ ਕਰਕੇ ਬਿਨਾਂ ਵੀਰ ਵੱਲ ਵੇਖੇ ਬੱਕਰੇ ਨੂੰ ਇੱਕੋ ਵਾਰੀ ਨਾਲ ਝਟਕਾ ਦਿੱਤਾ ਅਤੇ ਉਹਨੂੰ ਕਾਰ ਤੋਂ ਬਾਹਰ ਸੁੱਟ ਦਿੱਤਾ। ਖੁਦ ਉਹ ਦੀਵੇ ਦੀ ਜੋਤ ਵਿੱਚ ਧਿਆਨ ਇਕਾਗਰ ਰੱਖ ਕੇ ਮੰਤਰਾਂ ਦਾ ਜਾਪ ਕਰਦਾ ਰਿਹਾ। ਨਰਸਿੰਘ ਬੱਕਰੇ ਦੀ ਭੇਟ ਕਬੂਲ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਅਸਲੀ ਰੂਪ 'ਚ ਆ ਕੇ ਕਹਿਣ ਲੱਗਾ, ਭਗਤਾ ਕੁਝ ਮੰਗ ਲੈ। ਨਰਸਿੰਘ ਨੇ ਦੂਜੀ ਵਾਰ ਕੁਝ ਮੰਗਣ ਲਈ ਕਿਹਾ ਅਤੇ ਸਾਧ ਨੇ ਫਿਰ ਉਹ ਜਵਾਬ ਦਿੱਤਾ ਕਿ ਤੁਹਾਡਾ ਦਿੱਤਾ ਸਭ ਕੁਝ ਹੈ। ਤੀਜੀ ਵਾਰ ਨਰਸਿੰਘ ਨੇ ਕਿਹਾ, ਜ਼ਿੰਦਗੀ 'ਚ ਥੋੜ੍ਹਾ ਰਹਿੰਦੀਆਂ ਨੇ, ਭਰਿਆ ਭਾਂਡਾ ਕੋਈ ਨਹੀਂ ਹੁੰਦਾ, ਕੁਝ ਮੰਗ ਲੈ। ਸਾਧ ਨੇ ਉੱਤਰ ਦਿੱਤਾ, ਮਹਾਰਾਜ ਜੇ ਤਰੁੱਠੇ ਹੀ ਹੋ ਤਾਂ ਮਿਹਰ ਕਰੋ, ਜਦੋਂ ਤੁਹਾਨੂੰ ਬੁਲਾਵਾਂ ਹਮੇਸ਼ਾ ਬੋੜੋ। ਤਾਂ ਬਚਨ ਦੇ ਬੰਦੇ ਵੀਰ ਨੇ ਸਾਧ ਨੂੰ ਕਿਹਾ, ਇਹ ਤੂੰ ਕੀ ਮੰਗ ਲਿਆ ਹੈ? ਜੇ ਤੇਰੀ ਇਹੋ ਇੱਛਾ ਤਾਂ ਜਦੋਂ ਸੱਦੇਗਾ ਹਾਜ਼ਰ ਹੋ ਜਾਵਾਂਗਾ। ਅਤੇ ਫਿਰ ਵੀਰ ਲੋਪ ਹੋ ਗਿਆ। ਉਦੋਂ ਤੋਂ ਪਰਉਪਕਾਰੀ ਸਾਧ ਮੰਤਰਾਂ ਦੁਆਰਾ ਵੀਰ ਨਰਸਿੰਘ ਨੂੰ ਸੱਦ ਕੇ ਲੋਕਾਂ ਦੇ ਅੰਦਰੋਂ ਭੂਤ ਪ੍ਰੇਤ ਕੱਢਦੇ, ਬੇਰੀ ਹੇਠਾਂ ਝੁੱਗੀ ਪਾਈ ਹੋਣ ਕਰਕੇ ਇਹਨੂੰ ਸਾਰੇ ਬੇਰੀ ਵਾਲਾ ਸਾਧ ਕਹਿੰਦੇ। ਸਾਏ ਵਾਲੇ ਲੋਕ ਉਹਦੇ ਕੋਲੋਂ ਦੂਰੋਂ ਦੂਰੋਂ ਆਉਂਦੇ। ਉਹਦੇ ਇਲਾਜ ਦਾ ਢੰਗ ਬੜਾ ਨਾਟਕੀ ਅਤੇ ਰੌਚਿਕ ਸੀ।
ਜਦੋਂ ਕੋਈ ਰੋਗੀ ਉਸ ਕੋਲ ਇਲਾਜ ਲਈ ਆਉਂਦਾ ਤਾਂ ਧੂਣੀ ਤੁਖਾਉਂਦਾ, ਫਿਰ ਧੂਣੀ ਦੇ ਨਿੰਮ ਦੇ ਪੱਤੇ ਬਖੇਰਦਾ, ਉਹਨਾਂ ਦਾ ਧੂੰਆਂ ਰੋਗੀ ਦੀਆਂ ਨਾਸਾਂ 'ਚ ਦਿੰਦਾ, ਫਿਰ ਧੂਫ 'ਤੇ ਹਰਮਲ ਆਦਿ ਤੁਖਾ ਕੇ ਉਹਦਾ ਧੂੰਆਂ ਦਿੰਦਾ, ਕਦੇ ਕਿਸੇ ਦਰੱਖਤ ਦੀ ਛਾਲ ਦਾ ਧੂੰਆਂ ਦਿੰਦਾ, ਕਦੇ ਕਿਸੇ ਦਰੱਖਤ ਦੀ ਜੜ੍ਹ ਦਾ। ਇਸ ਤਰ੍ਹਾਂ ਮੰਤਰਾਂ ਦਾ ਉਚਾਰਨ ਕਰਦਾ ਹੋਇਆ ਸਾਧ ਸਭ 7 ਧੂਣੀਆਂ ਦਿੰਦਾ। ਕਹਿੰਦੇ ਨੇ ਧੂੰਏ ਨਾਲ ਪ੍ਰੇਤ ਦਾ ਸਾਹ ਘੁੱਟਣ ਲੱਗਦਾ ਤਾਂ ਦੇਹ ਤਿਆਗ ਜਾਂਦਾ, ਅਤੇ ਜੇ ਪ੍ਰੇਤ ਕਰੜਾ ਹੋਵੇ ਤਾਂ ਦੇਹ ਨਾ ਛੱਡੇ ਤਾਂ ਸਾਧ ਜੁੱਤੀਆਂ ਨਾਲ ਰੋਗੀ ਨੂੰ ਝੂੰਮਦਾ। ਧਾਰਨਾ ਇਹ ਬਣੀ ਹੋਈ ਹੈ ਕਿ ਰੋਗੀ ਨੂੰ ਜਿੰਨੇ ਵੀ ਤਸੀਹੇ ਦਿੱਤੇ ਜਾਂਦੇ ਨੇ ਉਹ ਸਾਰੇ ਰੋਗੀ ਦੀ ਥਾਂ ਉਹਦੇ ਅੰਦਰ ਵਸਦਾ ਪ੍ਰੇਤ ਭੋਗਦਾ। ਇੱਕ ਵਾਰ ਪਿੰਡ ਦੀ ਇੱਕ ਮੁਟਿਆਰ ਪ੍ਰੇਤ ਦਾ ਸਾਇਆ ਹੋ ਗਿਆ। ਜਦੋਂ ਤੱਤੀਆਂ ਸੀਖਾਂ ਤਪਾ ਕੇ ਉਹਦੇ ਨੰਗੇ ਜਿਸਮ 'ਤੇ ਲਾਈਆਂ ਗਈਆਂ ਤਾਂ ਉਹ ਹਾਈ ਮੈਂ ਸੜ ਗਈ, ਕਹਿੰਦੀ ਤੜਪਣ ਲੱਗੀ। ਪਰ ਸਾਧ ਸੀਖਾਂ ਲਾਉਂਦਾ ਹੀ ਗਿਆ ਅਤੇ ਕੁੜੀ ਨੇ ਸਿਸਕ ਸਿਸਕ ਕੇ ਪ੍ਰਾਣ ਤਿਆਗ ਦਿੱਤੇ। ਅਤੇ ਜਦੋਂ ਪਿੰਡ ਦੇ ਇੱਕ ਬਜ਼ੁਰਗ ਨੇ ਸਾਧ ਨੂੰ ਜਿਤਲਾਇਆ ਕਿ ਇਸ ਕੁੜੀ ਦੀ ਮੌਤ ਤਾਂ ਤੱਤੀਆਂ ਸੀਖਾਂ ਨਾਲ ਹੋਈ ਹੈ, ਤਾਂ ਸਾਧ ਦੀਆਂ ਅੱਖਾਂ ਕ੍ਰੋਧ ਨਾਲ ਭਖਣ ਲੱਗੀਆਂ। ਮੈਂ ਤੁਹਾਡੇ ਸਾਰਿਆਂ ਦੇ ਜਿਸਮ 'ਚ ਪ੍ਰੇਤ ਦਾਖਲ ਕਰ ਦਿਆਂਗਾ, ਤੁਸੀਂ ਮੇਰੇ 'ਤੇ ਇਲਜ਼ਾਮ ਲਾਉਂਦੇ ਹੋ। ਮੇਰੀਆਂ ਤੱਤੀਆਂ ਸੀਖਾਂ ਦਾ ਸੇਖ ਤਾਂ ਪ੍ਰੇਤ ਨੂੰ ਪਹੁੰਚਿਆ, ਪਰ ਉਹ ਪ੍ਰੇਤ ਅੱਗ ਭਖਣਾ ਸੀ। ਸਾਰੀ ਅੱਗ ਪਹਿਲਾਂ ਖੁਦ ਭਖਦਾ ਗਿਆ, ਫਿਰ ਉਹਨੇ ਕੁੜੀ ਦੇ ਪਿੰਡੇ ਉੱਤੇ ਅੱਗ ਉਗਲ ਦਿੱਤੀ, ਜਿਸ ਨਾਲ ਕੁੜੀ ਸੜ ਕੇ ਮਰ ਗਈ। ਮੈਂ ਇਹਦੇ 'ਚ ਕੀ ਕਰਦਾ? ਲੋਕਾਂ ਨੂੰ ਇਹ ਰਹੱਸ ਸਮਝ ਨਾ ਆਇਆ। ਅਗਲੇ ਦਿਨ ਸਾਧ ਦੇ ਵਿਹੜੇ 'ਚ ਲੋਕਾਂ ਨੇ ਇੱਕ ਚਿੱਟੀ ਕਬੂਤਰੀ ਘੁੰਮਦੀ ਵੇਖੀ। ਲੋਕ ਆਖਦੇ ਕੁੜੀ ਦੀ ਰੂਹ ਸਾਧ ਨੇ ਕਬੂਤਰੀ 'ਚ ਕੈਦ ਕਰ ਲਈ ਹੈ, ਅਤੇ ਰਾਤ ਵੇਲੇ ਸਾਧ ਉਹਨੂੰ ਕੁੜੀ 'ਚ ਬਦਲ ਕੇ ਭੋਗਦਾ। ਚੋਇਆਂ ਦੇ ਨੇੜੇ 2-4 ਕੱਚੇ ਕੋਠੇ ਸੀ, ਉੱਥੇ ਵਸਦੀ ਇੱਕ ਤੀਵੀਂ ਨੂੰ ਜੋ ਦੂਜੇ ਥਾਂ ਆਈ ਸੀ ਸਾਇਆ ਸੀ। ਕਈ ਵਾਰ ਉਹਨੂੰ ਡੁੱਬੂ ਪੈਣ ਲੱਗਦੇ, ਉਹ ਚੁੱਪ ਗੁੜਪ ਹੋ ਜਾਂਦੀ, ਕਦੇ ਕਦੇ ਉਹ ਬੋਲਦੀ, ਬਹੁਤ ਬੋਲਦੀ, ਤਾਂ ਲੋਕ ਕਹਿੰਦੇ ਇਹਦੇ ਅੰਦਰੋਂ ਪ੍ਰੇਤ ਬੋਲ ਰਿਹਾ, ਕੋਈ ਕਹਿੰਦਾ ਇਹਨੂੰ ਮੋਈ ਸੌਕਣ ਦਾ ਸਾਇਆ ਹੈ, ਪਰ ਨਾਨੀ ਜੀ ਕਹਿੰਦੇ ਸੁਆਹ ਸਾਇਆ। ਮਾਪਿਆਂ ਜਵਾਨ ਜਹਾਨ ਆਂ ਟਕੇ ਲੈ ਕੇ ਦੂਜੀ ਥਾਂ ਬੁੱਢੇ ਨਾਲ ਵਿਆਹ ਛੋੜਿਆ, ਅਤੇ ਪਤੀ ਵਰਗੀ ਦੇਹੀ ਕਾਲੇ ਭੂੰਡ ਨਾਲ ਮੜ ਦਿੱਤੀ ਹੈ, ਅਤੇ ਕੁੜੀ ਦੀ ਅੰਦਰਲੀ ਅੱਗ ਬੁਝੀ ਨਾ, ਉਲਟਾ ਸਿਰੇ ਆ ਚੜੀ। ਉਹ ਵਾਵਰੇਲੀਆਂ ਪਾਈ ਜਾਏ ਅਤੇ ਹੋਰ ਕੀ ਕਰੇ, ਮਤਰੇ ਪੁੱਤਰ ਧੀਆਂ ਜਵਾਨ ਇੱਕ ਤਾਂ ਉਹਨੂੰ ਸਤਾਉਂਦੇ ਅਤੇ ਦੂਜਾ ਉਹਦੀ ਰਾਖੀ ਕਰਦੇ ਹਨ। ਅਜਿਹੀਆਂ ਤੀਵੀਆਂ ਸੌਕਣ ਨਾਲ ਨਹੀਂ ਹੁੰਦੀਆਂ, ਅੰਦਰ ਦੀ ਅੱਗ ਦਾ ਸਾਇਆ ਹੁੰਦਾ। ਸਾਡੇ ਪਿੰਡ 'ਚ ਇੱਕ ਬਿਹੰਗਮ ਸਾਧੂ ਰਹਿੰਦਾ ਸੀ, ਜਿਹਨੇ ਭੈਰੋ ਅਤੇ ਹਨੂੰਮਾਨ ਨੂੰ ਵਸ਼ 'ਚ ਕੀਤਾ ਹੋਇਆ ਸੀ। ਉਹਨੂੰ ਸਾਰੇ ਲੋਕ ਹਰੀ ਟਹਿਣੀ ਵਾਲਾ ਸਾਧ ਕਹਿੰਦੇ ਸੀ, ਕਿਉਂ ਜੋ ਸਾਏ ਅਤੇ ਹੋਰ ਬਿਮਾਰੀਆਂ ਦਾ ਇਲਾਜ ਹਰੀ ਟਹਿਣੀ ਨਾਲ ਕੀਤਾ ਕਰਦਾ। ਅਤੇ ਜਦੋਂ ਕੋਈ ਰੋਗੀ ਉਹਦੇ ਕੋਲ ਆਉਂਦਾ ਤਾਂ ਉਹਦੀਆਂ ਅੱਖਾਂ ਵਿੱਚ ਇਉਂ ਝਾਕਦਾ ਜਿਵੇਂ ਉਹਦੇ ਜਿਸਮ ਦੇ ਅੰਦਰ ਉਤਰ ਰਿਹਾ ਹੋਵੇ, ਫਿਰ ਹੱਸ ਪੈਂਦਾ ਜਿਵੇਂ ਬਿਹੰਗਮ ਨੇ ਉਹਦੇ ਅੰਦਰ ਦੀ ਬਿਮਾਰੀ ਲੱਭ ਲਈ ਹੋਵੇ। ਕਿਸੇ ਨੂੰ ਉਹ ਨਿੰਮ ਨਾਲੋਂ ਹਰੀ ਟਹਿਣੀ ਤੋੜ ਲਿਆਉਣ ਲਈ ਕਹਿੰਦਾ, ਕਿਸੇ ਨੂੰ ਫਲਾਹ ਨਾਲੋਂ, ਅਤੇ ਜੇ ਰੋਗ ਗੰਭੀਰ ਹੋਵੇ ਤਾਂ ਪਿੱਪਲ ਦੀ ਟਹਿਣੀ ਮੰਗਵਾਉਂਦਾ। ਫਿਰ ਉਹ ਹਰੀ ਟਹਿਣੀ ਉੱਤੇ ਮੰਤਰ ਫੂਕ ਕੇ ਉਸ ਜਗ੍ਹਾ 'ਤੇ ਫੇਰਦਾ ਜਿੱਥੇ ਰੋਗ ਦਾ ਜ਼ੋਰ ਹੋਵੇ। ਜੇ ਢਿੱਡ ਪੀੜ ਹੋਵੇ, ਪੇਟ 'ਤੇ ਜਿਗਰ ਖਰਾਬ ਹੋਵੇ, ਖੱਬੀ ਵੱਖੀ 'ਤੇ ਸਿਰ ਪੀੜ ਹੋਵੇ, ਮੱਥੇ 'ਤੇ ਫੇਰਦਾ, ਦੁਖਣ ਵਾਲੀ ਜਗ੍ਹਾ 'ਤੇ ਟਹਿਣੀ ਫੇਰਦਿਆਂ ਹਨੂੰਮਾਨ ਬਲੀ ਦਾ ਮੰਤਰ 3 ਵਾਰੇ ਔਂਗਣ ਗਾਉਂਦਾ। ਹਨੂੰਮਾਨ ਬਲੀ ਪਵਨ ਪੁੱਤਰ ਮਾਤਾ ਅੰਜਲੀ ਦਾ ਜਾਇਆ, ਜਾਂ ਔਖੇ ਵੇਲੇ ਸਿਮਰੀਏ ਤਾਂ ਦੌੜਦਾ ਆਇਆ ਚਲੇ, ਮੰਤਰ ਸ਼ਕਤੀ ਉੱਠੇ ਸਭ ਦੁੱਖ ਨੱਠੇ, ਹਨੂੰਮਾਨ ਬੋੜੇ ਦੁੱਖ ਕਲੇਸ਼ ਦੌੜੇ। ਅਤੇ ਜੇ ਕਿਸੇ ਨੂੰ ਭੂਤ ਪ੍ਰੇਤ ਦਾ ਸਾਇਆ ਹੋਵੇ ਤਾਂ ਉਹਦੇ ਘਰ ਜਾ ਕੇ ਉਤਾਰਿਆ ਕਰਦਾ। ਘਰ 'ਚ ਕੋਈ ਨਵੇਕਲੀ ਜਿਹੀ ਥਾਂ ਝਾੜ ਪੂੰਝ ਕੇ ਸਾਫ਼ ਕੀਤੀ ਜਾਂਦੀ, ਫਿਰ ਉਸ 'ਤੇ ਪਾਣੀ ਦਾ ਤਰੌਂਕਾ ਦੇ ਕੇ ਗਊ ਦੇ ਗੋਹੇ ਦਾ ਪੋਚਾ ਫੇਰਿਆ ਜਾਂਦਾ, ਪੋਚਾ ਸੁੱਕਣ 'ਤੇ ਉਹਦੇ ਉੱਪਰ ਚੌਂਕ ਪੂਰਿਆ ਜਾਂਦਾ, ਜਿਸ ਵਿੱਚ ਸਤਨਾਜੇ ਨਾਲ ਲਕੀਰਾਂ ਵਾਹੀਆਂ ਜਾਂਦੀਆਂ। ਫਿਰ ਕੁਝ ਤਿਕੋਨੇ ਚੌਰਸ ਖਾਨੇ ਬਣਾ ਕੇ ਚੌਰਸ ਖਾਨਿਆਂ 'ਚ ਸੰਧੂਰ ਨਾਲ ਟਿੱਕੇ ਕੱਢ ਦਿੱਤੇ ਜਾਂਦੇ, ਤਿਕੋਨੇ ਖਾਨਿਆਂ 'ਚ ਅੰਨ ਦੀਆਂ ਨਿੱਕੀਆਂ ਨਿੱਕੀਆਂ ਢੇਰੀਆਂ ਲਗਾਈਆਂ ਜਾਂਦੀਆਂ, ਇੱਕ ਖਾਨੇ 'ਚ ਕੁੱਕੜ ਦੇ ਖੰਭ ਜਾਂ ਬੱਕਰੇ ਦੇ ਵਾਲਾਂ ਦੀ ਜੁੰਡੀ ਰੱਖੀ ਜਾਂਦੀ। ਸੰਧੂਰ ਥਾਂ ਨੂੰ ਪਵਿੱਤਰ ਕਰਦਾ, ਅੰਨ ਦੇ ਦਾਣੇ ਦੇਵਤੀ ਦੀ ਹਾਜ਼ਰੀ ਦੇ ਪ੍ਰਤੀਕ ਹੁੰਦੇ, ਅਤੇ ਖੰਭੜੀ ਜਾਂ ਜੁੰਡੀ ਕੁੱਕੜ ਬੱਕਰੇ ਦੀ ਬਲੀ ਦਾ ਪ੍ਰਤੀਕ। ਇਸ ਚੌਂਕ ਦੇ ਸਾਹਮਣੇ ਚੌਕੀ ਵਜਾ ਕੇ ਉੱਪਰ ਰੋਗੀ ਨੂੰ ਬਿਠਾ ਦਿੱਤਾ ਜਾਂਦਾ। ਬਿਹੰਗਮ ਮੰਤਰ ਪੜ੍ਹਦਾ ਹੋਇਆ ਰੋਗੀ ਦੇ ਦੁਆਲੇ ਛੁਰੀ ਨਾਲ ਕਾਰ ਕੱਢਦਾ, ਜਿੱਥੇ ਕਾਰ ਮੁੱਕਦੀ ਉੱਥੇ ਛੁਰੀ ਗੱਡ ਦਿੰਦਾ। ਰੋਗੀ ਦੇ ਸਾਹਮਣੇ ਗੁੱਗਲ ਧੁਖਾ ਕੇ ਰੱਖਿਆ ਜਾਂਦਾ, ਇਹ ਠੀਕਰ ਜਿਹੀ ਵਿੱਚ ਹਰਮਲ ਦੀ ਧੂਣੀ 'ਤੇ ਧੁਖਾਈ ਜਾਂਦੀ। ਰੋਗੀ ਨੂੰ ਚੇਲਾ ਆਪਣੇ ਖੱਬੇ ਪਾਸੇ ਵੱਲ ਬਿਠਾ ਕੇ ਪਾਣੀ ਦੇ ਛਿੱਟੇ ਮਾਰਦਾ, ਮੰਤਰ ਪੜ੍ਹਦਾ, ਜਾਗ ਭੈਰੋ ਜਾਗ, ਲੋਹਾ ਬੰਨ ਪੈਰਾਂ ਨਾਲ, ਆਪਣੇ ਜੀ ਦਾ ਦੁੱਖ ਵੰਡਾਵਾਂ, ਮੇਟ ਸਭ ਜੰਜਾਲ, ਰੱਖ 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 ਧਰਤੀ ਮਾਤਾ ਚੰਨ ਸੂਰਜ ਦੀ ਰੱਖ, ਕਾਲ ਕੰਟਕ ਸਭ ਦੂਰ, ਅੰਦਰੋਂ ਬਾਹਰੋਂ ਪੀੜ ਹਰਨੀ ਸਭ ਦੁਆਰੇ ਰੱਛਿਆ ਕਰਨੀ, ਲੋਹੇ ਦਾ ਕੋਟ ਤਰਾਮੇ ਦੀ ਖਾਈ, ਜੈਪੁਰੋਂ ਭੈਰੋ ਦੀ ਜਿਨ ਸਗਲੀ ਚਿੰਤ ਮਿਟਾਈ। ਫਿਰ ਬਿਹੰਗਮ ਕੁਝ ਹੋਰ ਮੰਤਰ ਗੁਣਗੁਣਾਉਂਦਾ ਹੋਇਆ ਸਿਰ ਝੁਲਾਉਂਦਾ ਅਤੇ ਉੱਚੀ ਉੱਚੀ ਕੂਕਦਾ, ਜਾਗ ਭੈਰੋ ਜਾਗ, ਮੇਟ ਸਭ ਜੰਜਾਲ। ਥੋੜ੍ਹੀ ਦੇਰ ਬਾਅਦ ਰੋਗੀ ਵੀ ਬਿਹੰਗਮ ਵਾਂਗ ਝੂਲਣ ਲੱਗਦਾ। ਰੋਗੀ ਦਾ ਝੂਲਣਾ ਅੱਛਾ ਸਮਝਿਆ ਜਾਂਦਾ, ਇਹਦਾ ਮਤਲਬ ਇਹ ਲਿਆ ਜਾਂਦਾ ਕਿ ਰੋਗੀ ਦੇ ਅੰਦਰ ਵਸਦਾ ਪ੍ਰੇਤ ਬਿਹੰਗਮ ਦੇ ਪ੍ਰਭਾਵ ਹੇਠ ਆ ਗਿਆ।
ਹੌਲੀ ਹੌਲੀ ਬੇਹੰਗਮ ਮੰਤਰਾਂ ਦੁਆਰਾ ਪ੍ਰੇਤ ਨੂੰ ਬੁਲਾਉਂਦਾ। ਪ੍ਰੇਤ ਹਮੇਸ਼ਾ ਰੋਗੀ ਦੇ ਮਾਧਿਅਮ ਦੁਆਰਾ ਬੋਲਦਾ। ਬੇਹੰਗਮ ਪ੍ਰੇਤ ਨੂੰ ਸਰੀਰ ਛੱਡ ਕੇ ਚਲੇ ਜਾਣ ਲਈ ਕਹਿੰਦਾ, ਉਹਨੂੰ ਧਮਕੀਆਂ ਦਿੰਦਾ। ਜੇ ਪ੍ਰੇਤ ਨਿਰਬਲ ਹੁੰਦਾ ਤਾਂ ਧਮਕੀਆਂ 'ਤੇ ਹੀ ਨੱਠ ਜਾਂਦਾ, ਪਰ ਜੇ ਪ੍ਰੇਤ ਬਲਵਾਨ ਹੁੰਦਾ ਤਾਂ ਕਈ ਵਾਰ ਚੇਲੇ 'ਤੇ ਪ੍ਰੇਤ ਦਾ ਮੁਕਾਬਲਾ ਹੋ ਜਾਂਦਾ। ਦੋਵੇਂ ਇੱਕ ਦੂਜੇ ਨੂੰ ਤਬਾਹ ਕਰਨ ਦੀਆਂ ਧਮਕੀਆਂ ਦਿੰਦੇ। ਕਈ ਵਾਰ ਪ੍ਰੇਤ ਬਲੀ ਮੰਗਦਾ ਕੁੱਕੜ ਜਾਂ ਬੱਕਰੇ ਦੀ। ਉਸ ਵੇਲੇ ਕੁੱਕੜ ਬੱਕਰਾ ਝਟਕਾ ਕੇ ਪ੍ਰੇਤ ਨੂੰ ਸੰਤੁਸ਼ਟ ਕੀਤਾ ਜਾਂਦਾ। ਮਾਸ ਦਾ ਕੁਝ ਹਿੱਸਾ ਬੇਹੰਗਮ ਨੂੰ ਭੇਟ ਕੀਤਾ ਜਾਂਦਾ ਅਤੇ ਕੁਝ ਘਰ 'ਚ ਹੀ ਰੱਖ ਲਿਆ ਜਾਂਦਾ। ਕਈ ਪ੍ਰੇਤ ਮੂਕ ਹੁੰਦੇ, ਉਹ ਰੋਗੀ ਦੇ ਮਾਧਿਅਮ ਦੁਆਰਾ ਬੋਲਦੇ ਨਹੀਂ। ਅਜਿਹੀ ਅਵਸਥਾ 'ਚ ਰੋਗੀ ਨੂੰ ਤਸੀਹੇ ਦਿੱਤੇ ਜਾਂਦੇ, ਰੋਗੀ ਦੇ ਸਿਰ 'ਚ ਜੁੱਤੀਆਂ ਮਾਰੀਆਂ ਜਾਂਦੀਆਂ, ਨਸਾਂ 'ਚ ਧੂੰਆਂ ਦਿੱਤਾ ਜਾਂਦਾ। ਫਿਰ ਵੀ ਪ੍ਰੇਤ ਮੌਨ ਰਹੇ ਤਾਂ ਸੀਖਾਂ ਗਰਮ ਕਰਕੇ ਰੋਗੀ ਦੇ ਸਰੀਰ 'ਤੇ ਲਗਾਈਆਂ ਜਾਂਦੀਆਂ। ਕਈ ਵਾਰ ਬੇਹੰਗਮ ਪ੍ਰੇਤ ਨੂੰ ਪਤਿਆਉਂਦਾ ਆਪਣੇ ਸਰੀਰ ਦੇ ਕਿਸੇ ਅੰਗ ਵਿੱਚੋਂ ਲਹੂ ਦੇ ਤੁਪਕੇ ਕੱਢ ਕੇ ਰੋਗੀ ਦੇ ਮੱਥੇ 'ਤੇ ਟਿੱਕਾ ਲਾਉਂਦਾ, ਜਿਹਦਾ ਭਾਵ ਹੁੰਦਾ ਕਿ ਪ੍ਰੇਤ ਨੂੰ ਆਪਣੇ ਲਹੂ ਦੀ ਭੇਟ ਦੇ ਕੇ ਰਾਜ਼ੀ ਕਰ ਰਿਹਾ। ਕਈ ਵਾਰ ਜਦੋਂ ਰੋਗੀ ਅਹਿਲ ਬੈਠਾ ਰਹਿੰਦਾ ਅਤੇ ਉੱਕਾ ਨਾ ਝੂਲਦਾ ਤਾਂ ਬੇਹੰਗਮ ਰੋਗੀ ਦੇ ਸਿਰ 'ਤੇ ਆਟੇ ਦਾ ਦੀਵਾ ਬਾਲ ਕੇ ਰੱਖਦਾ ਅਤੇ ਫਿਰ ਦੀਵੇ ਦੇ ਮੰਤਰ ਫੂਕ ਕੇ ਬਲਦੇ ਦੀਵੇ ਨੂੰ ਜੋਤ ਸਮੇਤ ਅੰਦਰ ਨਿਘਾਰ ਜਾਂਦਾ। ਇਹ ਕੁਝ ਕਰਨ ਦਾ ਮਤਲਬ ਪ੍ਰੇਤ ਨੂੰ ਡਰਾਉਣਾ ਅਤੇ ਇਹ ਸਮਝਾਉਣਾ ਕਿ ਉਹ ਪ੍ਰੇਤ ਨੂੰ ਦੀਵੇ ਵਾਂਗ ਹੀ ਕੱਚਾ ਚੱਬ ਜਾਏਗਾ। ਇਸ ਤਰ੍ਹਾਂ ਕਰਨ ਨਾਲ ਪ੍ਰੇਤ ਡਰ ਜਾਂਦਾ, ਰੋਗੀ ਝੂਮਣ ਲੱਗਦਾ। ਅਖੀਰ 'ਚ ਜਦੋਂ ਪ੍ਰੇਤ ਪਿੰਡ ਛੱਡਦਾ, ਉਹ ਆਪਣੇ ਜਾਣ ਦੀ ਦੱਸ ਕਈ ਤਰੀਕਿਆਂ ਨਾਲ ਪਾ ਜਾਂਦਾ। ਕਈ ਵਾਰ ਪ੍ਰੇਤ ਗੁੱਗਲ ਬੁਝਾ ਜਾਂਦਾ, ਕਈ ਵਾਰ ਕੋਈ ਮਿੱਟੀ ਜਾਂ ਕੱਚ ਦੀ ਚੀਜ਼ ਤੋੜ ਜਾਂਦਾ, ਕਈ ਵਾਰ ਵਿਹੜੇ 'ਚ ਕਿਸੇ ਵੇਲ ਬੂਟੇ ਦਾ ਪੱਤਾ ਜਾਂ ਟਹਿਣੀ ਹੇਠਾਂ ਡਿੱਗਦੀ ਹੈ। ਪ੍ਰੇਤ ਦੇ ਨਿਕਲ ਜਾਣ ਨਾਲ ਰੋਗੀ ਨਵਾਂ ਨਰੋਆ ਹੋ ਜਾਂਦਾ। ਅਠਰਾਹੇ ਦੀ ਬਿਮਾਰੀ ਸਾਏ ਕਰਕੇ ਹੁੰਦੀ ਮੰਨਦੇ ਨੇ। ਇਹਦੇ ਇਲਾਜ ਲਈ ਸਾਏ ਦਾ ਪ੍ਰਭਾਵ ਖੰਡਿਤ ਕਰਨਾ ਜ਼ਰੂਰੀ ਹੈ। ਇਸ ਬਿਮਾਰੀ ਦੇ ਇਲਾਜ ਲਈ ਤੀਵੀਆਂ ਜਸ਼ੋਦਾ ਕੋਲ ਜਾਂਦੀਆਂ, ਜੋ ਪਿੰਡੋਂ ਬਾਹਰ ਖਾਨਾ ਬਦੋਸ਼ਾਂ ਦੇ ਡੇਰੇ ਕੋਲ ਇੱਕ ਟੱਪਰੀ 'ਚ ਰਹਿੰਦੀ ਸੀ। ਉੱਥੇ ਨਾਲ ਹੀ ਇੱਕ ਪੁਰਾਣੇ ਵੇਲਿਆਂ ਦਾ ਢੱਠਾ ਢਾਰਾ ਸੀ, ਜਿੱਥੇ ਜਸ਼ੋਦਾ ਉਹਲੇ 'ਚ ਅਠਰਾਏ ਵਾਲੀਆਂ ਤੀਵੀਆਂ ਦੇ ਰੋਗ ਨਿਵਾਰਦੀ। ਜਸ਼ੋਦਾ ਕੋਈ ਸੰਸਣ ਸੀ, ਉਹਨੂੰ ਵੇਖ ਕੇ ਲੱਗਦਾ ਜਿਵੇਂ ਉਹ ਕਿਸੇ ਪੁਰਾਣੇ ਵਿਕਰਾਲ ਦਰਖਤ ਦਾ ਖੌੜ ਹੋਵੇ। ਚਿਹਰੇ 'ਤੇ ਝੁਰੜੀਆਂ, ਅੱਖਾਂ 'ਚ ਦਹਿਸ਼ਤ ਝਾਟਾ ਖਿਲ ਰਿਹਾ, ਲਿੱਬਾਂ ਮੂੰਹ 'ਚ ਪੈਂਦੀਆਂ, ਨਾਸਾਂ ਭਰੀਆਂ ਹੋਈਆਂ, ਸੁਣੂ ਸੁਣੂ ਕਰਦੀ ਹੋਈ ਗੱਲ ਕਰਦੀ, ਤੱਕ ਕੇ ਜੀ ਕਚਿਆ ਜਾਂਦਾ। ਜਸ਼ੋਦਾ ਕੋਲ ਦੂਰੋਂ ਦੂਰੋਂ ਅਠਰਾਏ ਵਾਲੀਆਂ ਤੀਵੀਆਂ ਇਲਾਜ ਵਾਸਤੇ ਆਉਂਦੀਆਂ। ਅਠਰਾਏ ਵਾਲੀ ਤੀਵੀ ਨੂੰ ਉਹ ਕੋਰਾ ਘੜਾ ਅਤੇ ਥੋੜ੍ਹਾ ਜਿਹਾ ਸਤਨਾਜਾ ਲਿਆਉਣ ਲਈ ਕਹਿੰਦੀ। ਸਤਨਾਜੇ ਨੂੰ ਘੜੇ 'ਚ ਉਲੱਦ ਦਿੰਦੀ। ਇਸ ਉਪਰੰਤ ਜਸੌਂਦਾ ਪਿੱਪਲ ਦੇ ਦੋ ਪੱਤੇ ਲੈ ਕੇ ਇੱਕ ਉੱਤੇ ਕਿਸੇ ਤ੍ਰੀਮਤ ਦੀ ਅਤੇ ਦੂਜੇ ਉੱਤੇ ਇੱਕ ਹੋਰ ਤ੍ਰੀਮਤ ਦੀ ਤਸਵੀਰ ਉੱਕਰਦੀ। ਫਿਰ ਅਠਰਾਏ ਵਾਲੀ ਤੀਵੀ ਦੇ ਖੱਬੀ ਬਾਂਹ 'ਚੋਂ ਖੂਨ ਦੇ ਕੁਝ ਤੁਪਕੇ ਕੱਢ ਕੇ ਉਹਦੇ ਛੱਟੇ ਪਹਿਲੇ ਇੱਕ ਤ੍ਰੀਮਤ ਦੀ ਤਸਵੀਰ ਉੱਤੇ ਅਤੇ ਫਿਰ ਦੂਜੇ ਦੀ ਤਸਵੀਰ 'ਤੇ ਮਾਰਦੀ। ਬਾਕੀ ਬਚੇ ਹੋਏ ਖੂਨ ਦੇ ਛੱਟੇ ਉਹ ਘੜੇ 'ਚ ਪਏ ਸਤਨਾਜੇ 'ਤੇ ਮਾਰਦੀ। ਇਹਦੇ ਬਾਅਦ ਉਹ ਘੜੇ ਦੇ ਉੱਪਰ ਵਿਚਕਾਰ ਕਰਕੇ ਅਠਰਾਏ ਵਾਲੀ ਤੀਵੀ ਦੇ ਹੱਥਾਂ 'ਚ ਮਹਿੰਦੀ ਰਚਵਾ ਕੇ ਹੱਥ ਲਵਾਉਂਦੀ। ਫਿਰ ਘੜੇ ਨੂੰ ਲਾਲ ਚੁੰਨੀ ਨਾਲ ਲਪੇਟ ਕੇ ਮੌਲੀ ਦੇ ਧਾਗੇ ਨਾਲ ਉਹਦਾ ਮੂੰਹ ਬੰਦ ਕਰ ਦਿੰਦੀ। ਛੂਣੀ ਉੱਪਰ ਗੁੱਗਲ ਤੋਂ ਖਾ ਕੇ ਕੁਝ ਮੰਤਰ ਪੜ੍ਹਦੀ। ਟੱਪਰੀ ਦੇ ਨਾਲ ਇੱਕ ਖੋਲਾ ਬਣਿਆ ਸੀ, ਉੱਥੇ ਇੱਕ ਟੋਆ ਜਿਹਾ ਪੁੱਟਦੀ ਅਤੇ ਉਹਦੇ ਲੱਕੜੀ ਦੀ ਚੌਂਕੀ ਵਿਛਾ ਕੇ ਉਹਦੇ ਸਾਹਮਣੇ ਚੁੰਨੀ 'ਚ ਲਪੇਟਿਆ ਘੜਾ ਰੱਖ ਦਿੰਦੀ। ਘੜੇ 'ਤੇ ਗੁੱਗਲ ਉਤਾਰ ਕੇ ਚੌਂਕੀ ਕੋਲ ਰੱਖਦੀ, ਫਿਰ ਘੜੇ ਦੀ ਚੱਪਣੀ 'ਤੇ ਆਟੇ ਦਾ ਦੀਵਾ ਬਾਲ ਕੇ ਰੱਖਦੀ। ਇਸ ਉਪਰੰਤ ਘੜੇ ਦੇ ਇੱਕ ਪਾਸੇ ਮੂਰਤ ਵਾਲਾ ਇੱਕ ਪੱਤਾ ਅਤੇ ਦੂਜੇ ਪਾਸੇ ਦੂਜਾ ਪੱਤਾ ਰੱਖ ਦਿੰਦੀ। ਫਿਰ ਅਠਰਾਹੀ ਵਾਲੀ ਤੀਵੀ ਆਪਣਾ ਇੱਕ ਪੈਰ ਇੱਕ ਪੱਤੇ ਅਤੇ ਦੂਜਾ ਪੈਰ ਦੂਜੇ ਪੱਤੇ 'ਤੇ ਰੱਖਦੀ। ਫਿਰ ਉਹਨਾਂ ਦੋਹਾਂ ਮੂਰਤਾਂ ਦੇ ਮੂੰਹ ਤਵੇ ਦੀ ਕਾਲਖ ਨਾਲ ਕਾਲੇ ਕਰਦੀ। ਇਹਦੇ ਬਾਅਦ ਉਹਨਾਂ ਮੂਰਤਾਂ 'ਤੇ ਜੁੱਤੀਆਂ ਮਾਰਦੀ। ਇਹ ਸਾਰਾ ਕਰਮ ਕਾਂਡ ਕਰਨ ਮਗਰੋਂ ਅਠਰਾਏ ਵਾਲੀ ਤੀਵੀ ਆਪਣੇ ਪੈਰਾਂ ਦੇ ਦੋਹਾਂ ਅੰਗੂਠਿਆਂ 'ਚ ਕੱਚੀ ਤੰਦੀ ਦਾ ਧਾਗਾ ਤਾਣੇ ਵਾਂਗ 7 ਵਾਰ ਵਲੇਟਦੀ। ਤਾਣੇ 'ਚੋਂ ਮੇਖਾ ਲੰਘਾ ਕੇ ਜ਼ਮੀਨ 'ਚ ਗੱਡੀਆਂ ਜਾਂਦੀਆਂ। ਇਸੇ ਹਾਲਤ 'ਚ ਅਠਰਾਏ ਵਾਲੀ ਤੀਵੀ ਚੌਂਕੀ 'ਤੇ ਬੈਠ ਕੇ ਇਸ਼ਨਾਨ ਕਰਦੀ। ਪਾਣੀ ਹੇਠਾਂ ਟੋਏ 'ਚ ਇਕੱਠਾ ਹੁੰਦਾ ਜਾਂਦਾ। ਫਿਰ ਜਸ਼ੋਦਾ ਉਸੇ ਟੋਏ 'ਚ ਚੁੰਨੀ 'ਚ ਵਲੇਟਿਆ ਸਤਨਾਜੇ ਦਾ ਘੜਾ, ਚੌਂਕੀ ਅਤੇ ਤੀਵੀ ਦੇ ਉਤਾਰੇ ਕੱਪੜੇ ਦੱਬ ਦਿੰਦੀ। ਇਹ ਸਾਰਾ ਕਰਮ ਕਾਂਡ ਕਰਨ ਮਗਰੋਂ ਜਸ਼ੋਦਾ ਅਠਰਾਏ ਵਾਲੇ ਤੀਵੀ ਲਈ ਇੱਕ ਧਾਗਾ ਤਿਆਰ ਕਰਦੀ, ਜਿਸ 'ਤੇ ਉਹ ਮੰਤਰ ਫੂਕਦੀ ਹੋਈ 7 ਗੰਢਾਂ ਮਾਰਦੀ। ਫਿਰ ਉਸ ਧਾਗੇ ਨੂੰ ਤਾਂਬੇ 'ਚ ਮੜ ਕੇ ਅਠਰਾਏ ਵਾਲੀ ਤੀਵੀ ਨੂੰ ਦੇ ਦਿੰਦੀ ਅਤੇ ਕਹਿੰਦੀ, ਜਾਂ 7 ਪੁੱਤਰੀ ਹੋਵੇਂ ਤਾਂ ਉਸ ਤਵੀਤ ਨੂੰ ਤੀਵੀ ਦੇ ਲੱਕ ਨਾਲ ਬੰਨ੍ਹ ਦਿੰਦੀ। ਉਹ ਤੀਵੀ ਇਹ ਤਵੀਤ ਪੂਰਾ ਸਾਲ ਬੰਨ੍ਹੀ ਰੱਖਦੀ। ਇਸ ਦੌਰਾਨ ਉਸ ਤੀਵੀ ਦਾ ਸੂਤਕ ਪਾਤਕ ਵਾਲੇ ਘਰ ਜਾਣਾ ਵਰਜਿਤ ਹੁੰਦਾ। ਜੇ ਕੁਤਾਹੀ ਹੋ ਜਾਏ ਤਾਂ ਤਵੀਤ ਦਾ ਪ੍ਰਭਾਵ ਖੰਡਿਤ ਹੋ ਜਾਂਦਾ। ਕਿੰਨੇ ਅਲੌਕਿਕ ਨੇ ਸਾਏ ਦੇ ਇਲਾਜ। ਧੰਨਵਾਦ। ਅਗਲਾ ਲੇਖ ਹੈ ਔੜ ਪੌੜ। ਜਦੋਂ ਕੋਈ ਮੇਰਾ ਭੈਣ ਭਰਾ ਵੱਲ ਮੰਦਿਓ ਹੁੰਦਾ, ਬੇਜੀ ਹਮੇਸ਼ਾ ਹਰਮਲ ਧੁਖਾ ਕੇ ਉਹਦੇ ਸਿਰ ਤੋਂ ਵਾਰਦੇ। ਘੜੇ ਦੀ ਕਿਸੇ ਟੁੱਟੀ ਠੀਕਰ 'ਚ ਭੱਖ ਦੀ ਥਾਪੀ ਰੱਖ ਕੇ ਉੱਪਰੋਂ ਹਰਮਲ ਬਖੇਰ ਦਿੰਦੇ। ਅਜੀਬ ਜੀ ਮਹਿਕ ਛੱਡਦਾ ਧੂੰਆਂ ਚਾਰ ਚੁਫੇਰੇ ਫੈਲਣ ਲੱਗਦਾ ਅਤੇ ਬੇਜੀ ਬੱਚੇ ਦੇ ਸਿਰ ਦੁਆਲੇ 7 ਘੁਮਾਈਆਂ ਕਰਦੇ, ਕਹਿੰਦੇ, ਬਸ 7 ਅਤੇ 20 ਖੈਰਾਂ,
ਹੁਣੇ ਨਵਾਂ ਨਰਵਾ ਹੁੰਦਾ ਅਤੇ ਫਿਰ ਮੁਸਕਰਾਉਂਦੇ ਹੋਏ ਬੱਚੇ ਦੀਆਂ ਕੁਤਕੁਤਾੜੀਆਂ ਕੱਢਦੇ, ਉਹਦੀ ਹੋਠਾਂ ਨੂੰ ਸ਼ੀਸ਼ੀ ਕਰਕੇ ਛੇੜਦੇ ਜਾਂ ਕੰਨਾਂ ਕੁਰ ਕਰਦੇ ਤਾਂ ਬੱਚਾ ਹੱਸ ਪੈਂਦਾ, ਬਸ ਠੀਕ ਹੋਈ ਗਿਆ ਲੈ ਫੜ, ਅਤੇ ਬੱਚਾ ਭਾਬੀ ਜੀ ਨੂੰ ਪਕੜਾ ਦਿੰਦੇ। ਜੇ ਕਿਸੇ ਬੱਚੇ ਦੇ ਢਿੱਡ ਪੀੜ ਹੁੰਦੀ, ਭਾਬੀ ਜੀ ਥੋੜ੍ਹੇ ਜਿਹੇ ਸੌਂਫਾਂ 'ਚ ਖੰਡ ਰਲਾ ਕੇ ਪਹਿਲਾਂ ਮੂੰਹ 'ਚ ਆਪ ਚਿੱਥਦੇ, ਫਿਰ ਸਾਰਾ ਰਸਾ ਕੌਲੀ 'ਚ ਪਾ ਕੇ ਕੱਪੜ ਛਾਨ ਕਰ ਲੈਂਦੇ, ਚਮਚੇ ਨਾਲ ਬੱਚੇ ਦੇ ਮੂੰਹ 'ਚ ਪਾ ਦਿੰਦੇ। ਮੈਨੂੰ ਬੜਾ ਥੱਕ ਆਉਂਦਾ, ਮੈਂ ਅੱਖਾਂ ਹੱਥ ਅੱਗੇ ਲਾ ਲੈਂਦਾ। ਬੇਜੀ ਕਹਿੰਦੇ ਤੂੰ ਵੀ ਇਹ ਕਰੂਲਾ ਪੀ ਪੀ ਕੇ ਵੱਡਾ ਹੋਇਆ, ਪੀੜ੍ਹੀਆਂ ਤੋਂ ਮਾਵਾਂ ਇਹੋ ਢੰਗ ਵਰਤਦੀਆਂ ਨੇ, ਬੱਚੇ ਦੇ ਅੰਦਰ ਸੌਂਫਾਂ ਦਾ ਰਸਾ ਜਾਂਦਾ, ਪੇਟ ਦਾ ਦਰਦ ਘੱਟ ਜਾਂਦਾ। ਬਾਊ ਜੀ ਹਮੇਸ਼ਾ ਟੋਕਦੇ, ਕਰੂਲੇ ਦੀ ਥਾਂ ਸੌਂਫਾਂ ਦਾ ਅਰਕ ਦਿਆ ਕਰੋ, ਇਸ ਤਰ੍ਹਾਂ ਸੌਂਫਾਂ ਨੂੰ ਖੁਦ ਚਿੱਥ ਕੇ ਬੱਚੇ ਦੇ ਮੂੰਹ 'ਚ ਥੁੱਕ ਵਾਲਾ ਰਸਾ ਪਾਉਣਾ ਠੀਕ ਨਹੀਂ, 100 ਬਿਮਾਰੀਆਂ ਲੱਗ ਜਾਂਦੀਆਂ ਨੇ ਬਾਊ ਜੀ ਤੋਂ ਡਰਦਿਆਂ ਜੇ ਸਾਹਮਣੇ, ਨਹੀਂ ਤਾਂ ਚੋਰੀ ਕਰੂਲਾ ਜ਼ਰੂਰ ਦਿੱਤਾ ਜਾਂਦਾ। ਪਿੰਡ ਦੇ ਲੋਕ ਵੈਦ ਹਕੀਮ ਦੇ ਇਲਾਜ ਨਾਲੋਂ ਔੜ ਪੌੜ 'ਤੇ ਜ਼ਿਆਦਾ ਯਕੀਨ ਕਰਦੇ। ਤਾਈ ਬਰਕਤਾਂ ਕੋਲ ਤਾਂ ਹਰੇਕ ਬਿਮਾਰੀ ਵਾਸਤੇ ਕੋਈ ਨਾ ਕੋਈ ਟੋਟਕਾ ਮੌਜੂਦ ਹੁੰਦਾ, ਭਾਵੇਂ ਬੱਚੇ ਨੂੰ ਦਸਤ ਲੱਗੇ ਹੋਣ, ਭਾਵੇਂ ਖੰਘ ਛਿੜੀ ਹੋਵੇ, ਭਾਵੇਂ ਬੁਖਾਰ ਨਾਲ ਮੰਜੇ 'ਤੇ ਪਿਆ ਹੋਵੇ, ਬਰਕਤਾਂ ਉਹਦੇ ਲਈ ਕੋਈ ਨਾ ਕੋਈ ਟੋਟਕਾ ਦੱਸ ਕੇ ਕਹਿੰਦੀ, ਬਸ ਇਹੀ ਕਰੀ ਵੇਖੋ, ਘੜੀਆਂ ਪਲਾਂ 'ਚ ਨਵਾਂ ਨਰੋਆ ਹੋ ਜਾ ਸੀ, ਅਜਮਾਇਆ ਟੋਟਕਾ ਹੈ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਚੋਖਾ ਹੈ। ਅਤੇ ਜਦੋਂ ਕਦੇ ਤਾਈ ਬਰਕਤਾਂ ਗਲੀ 'ਚੋਂ ਦੀ ਲੰਘ ਰਹੀ ਹੁੰਦੀ ਤਾਂ ਤੀਵੀਆਂ ਉਹਦਾ ਰਾਹ ਰੋਕ ਲੈਂਦੀਆਂ, ਫੜ ਫੜ ਕੇ ਪੀੜ੍ਹੇ 'ਤੇ ਬਿਠਾਉਂਦੀਆਂ, ਪੁੱਛਦੀਆਂ ਨਹੀਂ ਮੇਰੇ ਬੱਚਿਆਂ ਗਲੇ ਪਏ ਹੋਏ ਨਾ, ਠੀਕ ਨਹੀਂ ਹੁੰਦੇ ਪਏ, ਦੱਸ ਕੀ ਕਰਾਂ। ਲੈ ਵੀ ਕੋਈ ਗੱਲਾਂ 'ਚੋਂ ਗੱਲ ਹੈ, ਲੋਹੇ ਦੇ ਕਟੋਰੇ 'ਚ ਖੂਹੀ ਦਾ ਤਾਜ਼ਾ ਪਾਣੀ ਪਾ ਕੇ 7 ਵਾਰੀ ਛੁਰੀ ਫਿਰ ਬਸ ਮੋਟੇ ਮੋਟੇ ਘੁੱਟ ਬੱਚੇ ਨੂੰ ਪਿਲਾ ਦੇ 3 ਦਿਹਾੜੇ ਰੋਜ਼ ਸਵੇਰੇ, ਜੇ ਫਿਰ ਕਦੇ ਗਲਾ ਦੁੱਖ ਵੰਝੇ ਤਾਂ ਮਹਿੰਗੀ ਆ ਫੜੀ। ਪਰ ਬਰਕਤਾਂ ਗੱਲ ਇੱਥੇ ਨਹੀਂ ਸੀ ਮੁਕਾਉਂਦੀ, ਉਹ ਪੂਰੀ ਤਰ੍ਹਾਂ ਵਿਆਖਿਆ ਕਰਦੀ, ਨਹੀਂ ਕੋਈ ਨਖਸਮੀ ਚੰਦਰੀ ਰੂਹ ਗਲੇ ਚਟਕੀ ਬੈਠੀ ਹੈ, ਜਦੋਂ ਛੁਰੀ ਵਾਲਾ ਪਾਣੀ ਸੰਘੇ 'ਚੋਂ ਹੇਠਾਂ ਲੰਘਣਾ ਤਾਂ ਚੰਦਰੀ ਰੂਹ ਛਿੱਲੀ ਜਾਂਦੀ ਹੈ, ਅਤੇ ਪਹਿਲੀ ਘੁੱਟੇ ਹੀ ਨੱਠਵੰਜ ਸੀ, ਜੇ ਬਹੁਤ ਚੀੜੀ ਹੋਈ ਤਾਂ ਤੀਜੇ ਦਿਹਾੜੇ ਨੱਠਵੰਜ ਸੀ। ਬਰਕਤਾਂ ਦੇ ਟੋਟਕੇ ਸਾਰੇ ਪਿੰਡ 'ਚ ਮਸ਼ਹੂਰ ਸੀ। ਸਾਡੇ ਘਰ ਤੋਂ ਥੋੜ੍ਹੀ ਜਿਹੀ ਦੂਰ ਮਾਸੀ ਆਸਾਬੰਦੀ ਰਹਿੰਦੀ ਸੀ, ਜੋ ਬਰਕਤਾਂ ਦੇ ਨਾਂ ਤੋਂ ਝਿੜਦੀ ਸੀ। ਆਸਾਬੰਦੀ ਹਮੇਸ਼ਾ ਕਹਿੰਦੀ, ਬਰਕਤਾਂ ਤਾਂ ਬਸ ਐਵੇਂ ਸੱਚ ਝੂਠ ਬੋਲ ਦਿੰਦੀ ਹੈ, ਕਈ ਵਾਰ ਉਹਦਾ ਟੁੱਲਾ ਲੱਗ ਜਾਂਦਾ, ਕੁਝ ਬਿਮਾਰੀਆਂ ਤਾਂ ਵੈਸੇ ਠੀਕ ਹੋ ਜਾਂਦੀਆਂ ਨੇ, ਅਤੇ ਬਸ ਨਾ ਉਹਦਾ ਹੋ ਜਾਂਦਾ, ਅਤੇ ਫਿਰ ਉਹ ਡੂੰਘਾ ਸਾਹ ਭਰ ਕੇ ਖਾਸ ਤਰ੍ਹਾਂ ਦਾ ਮੂੰਹ ਬਣਾ ਕੇ ਕਹਿੰਦੀ, ਮੰਨਾ ਤਾਂ ਜੇ ਉਹ ਚੁੱਕਣਾ ਵੀ ਕੋਈ ਇਲਾਜ ਦੱਸੇ, ਚੁੱਕ ਵਾਸਤੇ ਤਾਂ ਸਭਨਾਂ ਕੀ ਮਹਿੰਡੇ ਕੋਲ ਭੇਜਿਆ ਕਰਨੀ ਹੈ, ਅਤੇ ਫਿਰ ਉਹ 'ਚ ਬਖੜਬੇ ਦੰਦ ਕੱਢ ਕੇ ਮੁਸਕਰਾਉਣ ਲੱਗਦੀ। ਗੱਲ ਹੈ ਵੀ ਠੀਕ ਸੀ, ਮਾਈ ਬਰਕਤਾਂ ਕੋਲ ਚੁੱਕ ਵਾਸਤੇ ਕੋਈ ਇਲਾਜ ਨਹੀਂ ਸੀ। ਚੁੱਕ ਦਾ ਦਰਦ ਬੜਾ ਦੁਖਦਾਈ ਵੀ ਕਿੱਡਾ ਹੁੰਦਾ ਹੈ, ਬਸ ਪਿੱਠ ਵਿੱਚੋਂ ਪਿੱਠ ਜਿਵੇਂ ਕਿਸੇ ਨੇ ਸੱਲ ਦਿੱਤੀ ਹੋਵੇ। ਚੁੱਕ ਦਾ ਇੱਕੋ ਇਲਾਜ ਸੀ ਤਾਈ ਬਰਕਤਾਂ ਕੋਲ, ਕਿਸੇ ਕਿਸੇ ਨੂੰ ਚੁੱਕ ਪਈ ਹੋਵੇ, ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਨਿਰਣੇ ਕਾਲ ਦੇ ਕਿਸੇ ਪੁੱਠੇ ਜੰਮੇ ਮਰਦ ਇਸਤਰੀ ਤੋਂ ਚੁਰਾਏ 'ਚ ਬੈਠ ਕੇ ਪਿੱਠ 'ਤੇ ਲੱਤ ਮਰਵਾਏ। ਅਜਿਹੇ ਦੈਵੀ ਗੁਣਾਂ ਵਾਲੀ ਪਿੰਡ 'ਚ ਇੱਕੋ ਤੀਵੀਂ ਮਾਸੀ ਆਸਾਬੰਤੀ ਸੀ, ਇਸ ਵਾਸਤੇ ਜਿਸ ਕਿਸੇ ਨੂੰ ਚੁੱਕ ਪੈਂਦੀ ਬਰਕਤਾਂ ਉਹਨੂੰ ਆਸਾਬੰਤੀ ਕੋਲ ਹੀ ਭੇਜਦੀ। ਆਸਾਬੰਤੀ ਚਿੜਚਿੜੇ ਸੁਭਾਅ ਦੀ ਸੀ, ਕਈ ਵਾਰ ਉਹ ਕਿਸੇ ਦੀ ਪਿੱਠ 'ਚ ਲੱਤ ਮਾਰਨ ਨੂੰ ਸਾਫ਼ ਨਾ ਕਰ ਦਿੰਦੀ, ਕਦੀ ਟਲਦੀ, ਲੱਸੀ ਪਈ ਰੜਕਣੀ ਆ ਰਤਾ ਠਹਿਰ ਕੇ ਆਈ। ਇੱਕ ਵਾਰੀ ਆਸਾਬੰਤੀ ਦਾ ਝਗੜਾ ਗਲੀ ਮਹੱਲੇ ਦੇ ਇੱਕ ਗੁਆਂਢਣ ਨਾਲ ਹੋ ਗਿਆ, ਉਹਦੇ ਖਾਵੰਦ ਨੂੰ ਵਾਰ ਵਾਰ ਚੁੱਕ ਪੈ ਜਾਂਦੀ ਅਤੇ ਉਹਨੂੰ ਹਮੇਸ਼ਾ ਆਸਾਬੰਤੀ ਦੀ ਲੱਤ ਖਾਣੀ ਪੈਂਦੀ। ਇਸ ਲਈ ਆਸਾਬੰਤੀ ਦਾ ਉੱਪਰ ਹੱਥ ਸੀ, ਕਹਿਣ ਲੱਗੀ ਨੀ ਤੂੰ ਕਿ ਬੋਲਣ ਜੋਗੀ ਹੈ, ਤੈਂਡੇ ਘਰ ਵਾਲਾ ਤਾਂ ਨਿੱਕਾ ਸਮਾਨ ਹੈ ਅਤੇ ਮੈਂਡੇ ਕੋਲੋਂ ਲੱਤਾਂ ਖਾ ਕੇ ਬਹਿਣਾ। ਅਤੇ ਅੱਗੋਂ ਗੁਆਂਢਣ ਵੀ ਰੋਜ਼ ਭੱਖਣ ਲੱਗੀ, ਨੀ ਲੱਤਾਂ ਤਾਂ ਉਹ ਲੋਕਾਂ ਸਾਹਮਣੇ ਖਾਂਦਾ ਹੈ ਅਤੇ ਜਿਹੜੀ ਅੰਦਰ ਚੋਰੀ ਕੜੀ ਘੋਲੀ ਜਾਂਦੇ ਹਾਂ ਉਹ ਹੁਣ ਨਾ ਮੈਥੋਂ ਭੁਲਾਈ। ਗੁਆਂਢਣ ਨੂੰ ਆਸਾਬੰਤੀ ਦਾ ਅਪਮਾਨ ਕਰਨ ਵਾਸਤੇ ਉਹ ਗੱਲ ਸੋਚੀ ਅਤੇ ਉਹ ਇਉਂ ਬਾਤ ਦਾ ਪਤੰਗੜ ਬਣ ਗਿਆ। ਅਤੇ ਜੇ ਕਿਸੇ ਦੀ ਅੱਖ ਦੁਖਦੀ ਹੋਵੇ, ਸਾਡੇ ਨਾਨੀ ਜੀ ਉਹਦੀ ਅੱਖ ਵਿੱਚ ਐਣ ਮਤਲਬ ਗੜੇ ਦੇ ਪਾਣੀ ਦੀ ਸਲਾਈ ਪਾਇਆ ਕਰਦੇ, ਅਤੇ ਜਦੋਂ ਕਦੇ ਗੜੇ ਪੈਣੇ ਬੇਜੀ ਨੇ ਮੋਟੇ ਮੋਟੇ ਗੜੇ ਕਿਸੇ ਸ਼ੀਸ਼ੀ 'ਚ ਪਾ ਕੇ ਰੱਖ ਲੈਣੇ। ਜਦੋਂ ਕਿਸੇ ਬੱਚੇ ਦੀ ਅੱਖ 'ਚ ਲਾਲੀ ਲਿਸ਼ਕਦੀ, ਬੇਜੀ ਸੁਰਮ 'ਚ ਭੁਗੋ ਕੇ ਉਹਦੇ ਅੱਖ 'ਚ ਫੇਰ ਦਿੰਦੇ। ਇੱਕ ਵਾਰ ਮੇਰੀ ਅੱਖ 'ਚ ਲਾਲੀ ਵੇਖ ਕੇ ਬੇਜੀ ਗੜੇ ਵਾਲੀ ਸ਼ੀਸ਼ੀ ਜਿਵੇਂ ਵਿੱਚੋਂ ਸਲਾਈ ਭੁਗੋ ਕੇ ਪਾਉਣ ਲੱਗੇ ਤਾਂ ਉੱਪਰੋਂ ਬਾਊ ਜੀ ਆ ਗਏ, ਉਹ ਸ਼ੀਸ਼ੀ ਖੋ ਕੇ ਕਹਿਣ ਲੱਗੇ ਬੇਜੀ ਕੇ ਪੇ ਕਰ ਦਿਓ, ਇਹ ਔੜ ਪੌੜ ਤਾਂ ਨੇਰੇ ਪਖੰਡ ਨੇ, ਪੁਰਾਣੇ ਵੇਲਿਆਂ ਦੇ ਵਹਿਮ, ਹੁਣ ਤਾਂ ਜ਼ਮਾਨਾ ਬਦਲ ਗਿਆ। ਪਿਤਾ ਜੀ ਇਹਨਾਂ ਟੋਟਕਿਆਂ 'ਤੇ ਵਿਸ਼ਵਾਸ ਨਹੀਂ ਸੀ ਕਰਦੇ, ਪਰ ਤੀਏ ਦੇ ਬੁਖਾਰ ਵਾਸਤੇ ਪਿਤਾ ਜੀ ਖੁਦ ਇਹ ਟੋਟਕਾ ਦਿੱਤਾ ਕਰਦੇ ਸਨ। ਬਿਮਾਰ ਨੂੰ ਉਸ ਦਿਨ ਸਵੇਰੇ ਸਵੇਰੇ ਬੁਲਾਉਂਦੇ ਜਿਸ ਦਿਨ ਤਾਪ ਦੀ ਵਾਰੀ ਨਹੀਂ ਸੀ ਹੁੰਦੀ। ਪਿਤਾ ਜੀ ਗੁੜ ਦੀ ਰੋੜੀ ਭੋਰ ਕੇ ਉਸ ਵਿੱਚ ਚੁਵੈਂਗਣ ਪਾ ਕੇ ਗੁਰਬਾਣੀ ਦੀ ਕੋਈ ਤੁੱਕ ਪੜਦੇ ਹੋਏ ਗੋਲੀ ਬਣਾਉਂਦੇ, ਜਿਹਨੂੰ ਮਰੀਜ਼ ਪਾਣੀ ਨਾਲ ਅੰਦਰ ਨਿਘਾਰ ਜਾਂਦਾ। ਕਈ ਵਾਰ ਚੁਵੈਂਗਣ ਦੀ ਤਾਂ ਮੱਕੜੀ ਦੇ ਸਫੇਦ ਜਾਲੇ ਦੀ ਪੇਪੜੀ ਗੁੜ 'ਚ ਵਲੇਟ ਕੇ ਦਿੰਦੀ, ਪੇਪੜੀ ਮੈਂ ਢੂੰਡ ਕੇ ਲਿਆਉਂਦਾ। ਬੇਜੀ ਇਹ ਸਾਰਾ ਕੁਝ ਚੁੱਪ ਚਾਪ ਵੇਖਦੇ ਰਹਿੰਦੇ ਅਤੇ ਜਦੋਂ ਬਿਮਾਰ ਗੋਲੀ ਲੈ ਕੇ ਚਲਾ ਜਾਂਦਾ ਮੁਸਕਰਾ ਕੇ ਕਹਿੰਦੇ, ਇਹ ਵੀ ਤਾਂ ਟੂਣਾ ਟੋਟਕਾ ਜੋ ਤੂੰ ਕੀਤਾ। ਉਹ ਕਿਵੇਂ ਮਰੀਜ਼ ਦਾ ਰੋਗ ਇਸ ਤਰ੍ਹਾਂ ਉਤਰ ਕੇ ਉਸ ਚੂਹੇ ਨੂੰ ਜਾ ਲੱਗਦਾ ਜਿਹਦੀ ਉਹ ਚੁਵੈਂਗਣ ਹੈ।
ਬੁਖਾਰ ਦਾ ਸੰਤਾਪ ਉਹ ਭੋਗਦਾ ਅਤੇ ਜਾਂ ਫਿਰ ਉਹ ਮੱਕੜੀ ਜੀ ਦਾ ਉਜਾਲਾ ਹੁੰਦਾ। ਅਤੇ ਪਿਤਾ ਜੀ ਇਸ ਟੋਟਕੇ ਨੂੰ ਖਾਨਦਾਨੀ ਬਰਕਤ ਮੰਨਦੇ ਸੀ। ਉਹਨਾਂ ਦੇ ਕਿਸੇ ਵਡਿੱਕੇ ਨੂੰ ਕਿਸੇ ਸਾਧ ਨੇ ਸੇਵਾ ਬਦਲੇ ਬਖਸ਼ਿਸ਼ ਕੀਤੀ ਸੀ। ਅਤੇ ਇੱਕ ਦਿਨ ਜਦੋਂ ਬੇਜੀ ਮੇਰੀ ਅੱਖ ਵਿੱਚ ਗੜੇ ਦੇ ਪਾਣੀ ਦੀ ਸਿਲਾਈ ਪਾਉਣ ਲੱਗੇ ਤਾਂ ਪਿਤਾ ਜੀ ਦੇ ਮਨ੍ਹਾ ਕਰਨ 'ਤੇ ਬੇਜੀ ਮੁਸਕਰਾਉਂਦੇ ਕਹਿਣ ਲੱਗੇ, ਇਹ ਤਾਂ ਆਸਾਨੀ ਖਾਨਦਾਨੀ ਬਰਕਤ ਹੀ, ਮਹਿੰਦੀ ਮਾਂ ਮਹਿੰਦੀ, ਦਾਦੀ ਮਹਿੰਦੀ, ਦਾਦੀ ਨਹੀਂ ਦਾਦੀ, ਸਭ ਇਹ ਉਹ ਕਰਨੀਆਂ ਆਈਆਂ ਨੇ। ਅਤੇ ਮਹਿੰਦੀ ਐਨ ਨਾ ਜਲ ਉਸੇ ਤਰ੍ਹਾਂ ਨਜ਼ਰ ਤੇਜ਼ ਕਰਨੀ ਹੈ ਜਿਵੇਂ ਤੁਸਾਂ ਦੀ ਫੂਕੀ ਹੋਈ ਗੋਲੀ ਧੀ ਨੇ ਤਾਪ ਆ। ਅਤੇ ਪਿਤਾ ਜੀ ਕੋਲ ਕੋਈ ਜਵਾਬ ਨਾ ਹੁੰਦਾ। ਅਸਲ ਗੱਲ ਵਿਸ਼ਵਾਸ ਦੀ ਸੀ, ਆਦਮੀ ਆਪਣੇ ਪਿੰਡ ਦੇ ਗੰਦੇ ਛੱਪੜ ਵਿੱਚ ਤਾਂ ਸਹਿਜੇ ਉਤਰ ਸਕਦਾ, ਪਰ ਦੂਜੇ ਦੇ ਛੱਪੜ ਦੇ ਸੁਥਰੇ ਪਾਣੀ 'ਚ ਵੀ ਉਤਰਬਕਦਾ। ਆਪਣੇ ਵਿਸ਼ਵਾਸ ਅਤੇ ਮਨੌਤਾਂ ਭਾਵਨਾ ਨਾਲ ਜੁੜੀਆਂ ਹੋਣ ਕਰਕੇ ਉੱਪਰੀਆਂ ਨਹੀਂ ਲੱਗਦੀਆਂ। ਮਿਸ਼ਰਾਣੀ ਕੋਲ ਤਾਂ ਸਭ ਬੁਖਾਰਾਂ ਦਾ ਇੱਕੋ ਇਲਾਜ ਹੈ। ਉਹ ਇਹ ਕਹਿੰਦੀ ਹੈ ਕਿ ਜਿਹਨੂੰ ਬੁਖਾਰ ਹੋਵੇ ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਿੱਪਲ ਦੇ ਦੁਆਲੇ 3 ਪਰਿਕਰਮਾ ਕਰਦਾ ਹੋਇਆ ਪਿੱਪਲ ਦੁਆਲੇ ਮੌਲੀ ਦਾ ਧਾਗਾ ਵਲੇਟਦਾ ਜਾਏ ਅਤੇ ਨਾਲੋਂ ਨਾਲ ਹੀ ਤੁਕਾ ਪੜਦਾ ਜਾਏ। ਤੂੰ ਅਤੇ ਮੈਂ ਇੱਕ ਮਿੱਕ, ਤੂੰ ਵੱਡਾ ਮੈਂ ਨਿੱਕਾ, ਤੇਰਾ ਮੈਂ ਲੱਡਿੱਕਾ, ਵੱਡਾ ਨਿੱਕੇ ਦੀ ਰੱਖਿਆ ਕਰੇ, ਮੇਰਾ ਤਾਪ ਤੈਨੂੰ ਚੜ੍ਹੇ। ਧਾਰਨਾ ਹੈ ਕਿ ਇਸ ਤਰ੍ਹਾਂ ਬੁਖਾਰ ਦਰਖਤ ਨੂੰ ਚੜ੍ਹ ਜਾਂਦਾ, ਆਦਮੀ ਤਰਕਾਲਾਂ ਤੱਕ ਨਵਾਂ ਨਰੋਆ ਹੋ ਜਾਂਦਾ। ਅਤੇ ਜੇ ਕਿਸੇ ਸ਼ਖਸ ਦੇ ਅੱਧੇ ਸਿਰ ਦਾ ਦਰਦ ਹੋਵੇ ਤਾਂ ਡੁੱਬਦੇ ਸੂਰਜ ਵੱਲ ਵੇਖਦਾ ਹੋਇਆ ਘਾਹ ਦੀਆਂ ਪੱਤੀਆਂ ਹੱਥ 'ਚ ਲੈ ਕੇ ਦਰਦ ਵਾਲੇ ਉਹ ਹਿੱਸੇ ਉੱਤੇ ਉੱਪਰੋਂ ਹੇਠਾਂ ਵੱਲ ਫੇਰੇ ਅਤੇ ਨਾਲੋਂ ਨਾਲ ਇਹ ਤੁਕਾਂ ਉਚਾਰਦਾ ਜਾਏ, ਜਿਉਂ ਜਿਉਂ ਸੂਰਜ ਢਲੇ ਮੇਰਾ ਦੁੱਖ ਬਲਾ ਢਲੇ। ਇਸ ਤਰ੍ਹਾਂ 3 ਵਾਰ ਦੌਰਾਨ ਨਾਲ ਅੱਧੇ ਸਿਰ ਦੀ ਪੀੜ ਢਲਦੀਆਂ ਕਿਰਨਾਂ ਨਾਲ ਲੋਪ ਹੋ ਜਾਂਦੀ। ਅਤੇ ਜੇ ਅੱਖ 'ਚ ਤੜਿੱਕੀ ਨਿਕਲ ਆਏ ਤਾਂ ਰੋਗੀ ਕਿਸੇ ਅਜਿਹੇ ਘਰ ਦਾ ਦਰਵਾਜ਼ਾ ਖਟਖਟਾਏ ਜਿੱਥੇ 2.5 ਬੰਦੇ ਮਰਦ ਤ੍ਰੀਮਤ ਅਤੇ ਇੱਕ ਬੱਚਾ ਰਹਿੰਦੇ ਹੋਣ। ਜਦੋਂ ਅੰਦਰੋਂ ਆਵਾਜ਼ ਆਵੇ ਕੌਣ ਹੈ ਤਾਂ ਰੋਗੀ ਇਹ ਟੱਪਾ ਪੜੇ, ਮੈਂ ਅੱਖ ਤੜਿੱਕੀ, ਮੈਨੂੰ ਛੋੜ ਕੇ ਤੈਨੂੰ ਨਿਕਲੇ। ਇਸ ਤਰ੍ਹਾਂ ਤੜਿੱਕੀ ਬੂਹਾ ਖੋਲ੍ਹਣ ਵਾਲੇ ਦੀ ਅੱਖ 'ਚ ਜਾ ਨਿਕਲੇਗੀ ਅਤੇ ਫਿਰ ਰੋਗੀ ਖੁਦ ਨਵਾਂ ਨਰੋਆ ਹੋ ਜਾਏਗਾ। ਅਤੇ ਜੇ ਧਰਨ ਆਪਣੀ ਥਾਂ ਤੋਂ ਹੇਠਾਂ ਉੱਪਰ ਹੋ ਜਾਏ ਤਾਂ ਕਈ ਬਿਮਾਰੀਆਂ ਹੋ ਜਾਂਦੀਆਂ। ਧਰਨ ਧੁੰਨੀ ਦੇ ਹੇਠਾਂ ਕਰਕੇ ਹੁੰਦੀ ਹੈ। ਨਾਨੀ ਜੀ ਕਿਹਾ ਕਰਦੇ, ਜੇ ਧਰਨ ਉੱਤੇ ਵਲ ਚੜ ਜਾਏ ਵੰਜੇ ਤਾਂ ਬੰਦਿਆਂ ਕਬਜ਼ ਹੋ ਜਾਂਦੀ ਹੈ ਅਤੇ ਜੇ ਰਤਾ ਹੇਠਾਂ ਡਿੱਗ ਵੰਜੇ ਤਾਂ ਦਸਤ ਲੱਗ ਪੈਂਦੇ ਨੇ। ਅਤੇ ਇਹਦੇ ਇਲਾਜ ਲਈ ਲੋਕ ਤਾਂ ਇਹ ਰਣੀਏ ਦੇ ਘਰ ਜਾਂਦੇ, ਉਹਦੀਆਂ ਦੋਵੇਂ ਨੂੰਹਾਂ ਇੱਕੋ ਘਰ ਆਈਆਂ ਹੋਣ ਕਰਕੇ ਭੈਣਾਂ ਸੀ। ਅਤੇ ਜੇ ਅਜਿਹੀ ਦਰਾਣੀ ਜਠਾਣੀ ਜੋ ਸਕੀਆਂ ਭੈਣਾਂ ਹੋਣ ਧਰਨ ਤੋਂ ਟੱਪ ਜਾਣ ਤਾਂ ਧਰਨ ਥਾਂ ਸਿਰ ਟਿਕ ਜਾਂਦੀ ਹੈ। ਪਰ ਰਣੀਆਂ ਬੜਾ ਸ਼ੱਕੀ ਸੁਭਾਅ ਦਾ ਸੀ, ਜੇ ਤਾਂ ਕਿਸੇ ਤੀਵੀਂ ਨੂੰ ਧਰਨ ਹੁੰਦੀ ਤਾਂ ਨੂੰਹਾਂ ਨੂੰ ਧਰਨ ਤੋਂ ਟਪਾ ਦਿੰਦਾ, ਪਰ ਜੇ ਕਿਸੇ ਮਰਦ ਨੂੰ ਹੋਵੇ ਕਹਿੰਦਾ ਮੁੰਡਿਆਂ ਦੇ ਟੱਪਣ ਨਾਲ ਠੀਕ ਹੋ ਜਾਏਗੀ। ਆਮ ਲੋਕਾਂ ਦੀਆਂ ਧਾਰਨਾ ਹੈ ਕਿ ਬਿਮਾਰੀਆਂ ਪ੍ਰੇਤ ਅਤੇ ਚੰਦਰੀਆਂ ਰੂਹਾਂ ਫੈਲਾਉਂਦੀਆਂ ਨੇ ਜਾਂ ਫਿਰ ਦੇਵੀ ਦੇਵਤਿਆਂ ਦੇ ਸਰਾਪ ਨਾਲ ਲੱਗਦੀਆਂ ਨੇ। ਇਸ ਲਈ ਵੈਦ ਹਕੀਮ ਤੋਂ ਇਲਾਜ ਕਰਾਉਣ ਦੀ ਥਾਂ ਕੋਈ ਔੜ ਪੌੜ ਕਰ ਲੈਣਾ ਤੇਰੇ ਸਿਆਣਪ ਦੀ ਗੱਲ ਹੈ। ਮੰਗਲਵਾਰ ਨੂੰ ਹਨੂੰਮਾਨ ਦਾ ਪ੍ਰਸ਼ਾਦ ਕਈ ਲੋਕ ਚੜ੍ਹਾਉਂਦੇ, ਸ਼ਨਿਚਰਵਾਰ ਨੂੰ ਭਾਟੜਿਆਂ ਦੇ ਤੇਲ ਦੇ ਕੁੱਜੇ 'ਚ ਤਾਂਬੇ ਦਾ ਪੈਸਾ ਪਾ ਕੇ ਤੇਲ 'ਚ ਆਪਣਾ ਮੂੰਹ ਵੇਖਦੇ। ਮੁੱਲੇ ਦੀ ਨਹੀਂ, ਪਿੰਡ ਦੇ ਹੋਰ ਲੋਕਾਂ ਦੀ ਵੀ ਇਹ ਧਾਰਨਾ ਸੀ ਕਿ ਪ੍ਰੇਤਾਂ ਰੂਹਾਂ ਜਾਂ ਦੇਵੀ ਦੇਵਤਿਆਂ ਦੀ ਕਰੋਪੀ ਨਾਲ ਹੀ ਬੰਦਾ ਬਿਮਾਰ ਪੈਂਦਾ। ਜੇ ਕਿਸੇ ਬੱਚੇ ਨੂੰ ਚੇਚਕ ਨਿਕਲ ਆਉਂਦੀ ਸ਼ੀਤਲਾ ਮਾਤਾ ਦੀ ਕਰੋਪੀ ਅਤੇ ਡਰਦਿਆਂ ਕੋਈ ਦਵਾ ਦਾਰੂ ਨਹੀਂ ਕੀਤਾ ਜਾਂਦਾ। ਦਵਾ ਦਾਰੂ ਕਰਨਾ ਦੇਵੀ ਮਾਤਾ ਦੇ ਕੰਮਾਂ 'ਚ ਵਿਘਨ ਪਾਉਣਾ ਹੈ। ਮਰੀਜ਼ ਨੂੰ ਮਨੱਕਾ ਖਾਣ ਲਈ ਦਿੱਤਾ ਜਾਂਦਾ, ਦੇਵੀ ਮਾਤਾ ਨੂੰ ਪ੍ਰਸੰਨ ਰੱਖਣ ਵਾਸਤੇ ਮਾਤਾ 'ਤੇ ਚਿੰਨ ਲਾਲ ਚੁੰਨੀ ਬਿਮਾਰ ਦੇ ਸਰਹਾਣੇ ਰੱਖ ਦਿੱਤੀ ਜਾਂਦੀ ਹੈ। ਘਰ 'ਚ ਥੋਮ ਪਿਆਜ਼ ਅਤੇ ਮਾਸ ਮੱਛੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਘਰ ਦੇ ਜੀ ਨਹਾਉਣ ਵੇਲੇ ਸਾਬਣ ਦੀ ਥਾਂ ਗੱਚ ਨਹੀਂ ਵਰਤਦੇ ਅਤੇ ਤੀਵੀਆਂ ਨਾ ਤਾਂ ਦੰਦਾਸਾ ਵਰਤਦੀਆਂ ਨਾ ਅੱਖ 'ਚ ਸੁਰਮਾ ਪਾਉਂਦੀਆਂ। ਮਰਦ ਇਸਤਰੀ ਇੱਕ ਦੂਜੇ ਨਾਲ ਅੱਖ ਪਰਤ ਕੇ ਵੇਖਦੇ ਆ। ਦੇਵੀ ਮਾਤਾ ਜੋ ਘਰ ਪਧਾਰੀ ਹੋਈ ਹੁੰਦੀ, ਫਿਰ ਜਦੋਂ ਬੱਚਾ ਨਵਾਂ ਨਰੋਆ ਹੋ ਜਾਂਦਾ ਤਾਂ ਕੰਜਕਾਂ ਬਿਠਾਈਆਂ ਜਾਂਦੀਆਂ, ਕਈ ਹੋਰ ਖੇਖਣ ਕੀਤੇ ਜਾਂਦੇ। ਸ਼ੀਤਲਾ ਦੇਵੀ ਦੀਆਂ 6 ਹੋਰ ਭੈਣਾਂ ਜੋ ਕਈ ਤਰ੍ਹਾਂ ਦੇ ਰੋਗ ਫੈਲਾਉਂਦੀਆਂ। ਬਸੰਤ ਰੁੱਤ ਵਿੱਚ ਜੋ ਬਿਮਾਰੀਆਂ ਫੈਲਦੀਆਂ ਬਸੰਤੀ ਦੇਵੀ ਦੀ ਕਰੋਪੀ ਦਾ ਫਲ ਹੈ। ਮਰੀ ਦੇਵੀ ਬਾਰਿਸ਼ਾਂ ਦੇ ਦਿਨ ਹੈਜੇ ਦਾ ਰੋਗ ਫੈਲਾਉਂਦੀ ਹੈ, ਉਹਨੂੰ ਤੱਤ ਭੜੱਥੀ ਵੀ ਕਹਿੰਦੇ ਆ, ਕਿਉਂ ਜੋ ਇਹ ਬਿਮਾਰੀ ਝੱਖੜ ਝੋਲੇ ਵਾਂਗ ਆਉਂਦੀ ਹੈ ਅਤੇ ਤਬਾਹੀ ਮਚਾ ਕੇ ਚਲੀ ਜਾਂਦੀ ਹੈ। ਇੱਕ ਹੋਰ ਦੇਵੀ ਪਲਾਮੜੇ, ਜੋ ਇੱਕ ਵਾਰ ਚੰਬੜੀ ਮੁੜ ਉੱਤਰਦੀ ਨਹੀਂ, ਹਮੇਸ਼ਾ ਨਿੱਕੀ ਨਿੱਕੀ ਖੰਘ ਲੱਗੀ ਰਹਿੰਦੀ, ਨਿੱਕਾ ਨਿੱਕਾ ਬੁਖਾਰ ਚੜਿਆ ਰਹਿੰਦਾ, ਸਿਰ 'ਚ ਨਿੱਕਾ ਨਿੱਕਾ ਦਰਦ ਛਿੜਿਆ ਰਹਿੰਦਾ ਜਿਵੇਂ ਕਿਸੇ ਧੂਣੀ ਤੋਂ ਖਾਧੀ ਹੋਵੇ। ਫਿਰ ਇਹਨਾਂ 'ਚ ਸਭ ਤੋਂ ਖਤਰਨਾਕ ਦੇਵੀ ਮਸਾਣੀ ਹੈ, ਜਿਹਦਾ ਜੋ ਜ਼ਿਆਦਾਤਰ ਬੱਚਿਆਂ ਦਾ ਲਹੂ ਪੀਂਦੀ ਅਤੇ ਬੱਚਾ ਸੁੱਕ ਸੁੱਕ ਕੇ ਘੁਲ ਕੇ ਮਰ ਜਾਂਦਾ। ਇਹਨਾਂ ਸਭ ਦੇਵੀਆਂ ਨੂੰ ਲੋਕ ਪੂਜਦੇ ਆ। ਕੁਝ ਲੋਕ
ਕੁਝ ਰੋਗ ਪਰਛਾਵੇਂ ਨਾਲ ਵੀ ਫੈਲਦੇ ਮੰਨੇ ਗਏ। ਅਠਰਾਹੇ ਦੇ ਰੋਗ ਵਾਲੀ ਤੀਵੀਂ ਦਾ ਪਰਛਾਵਾਂ ਜੇ ਕਿਸੇ ਗਰਭਵਤੀ 'ਤੇ ਪੈ ਜਾਏ ਤਾਂ ਧਾਰਨਾ ਹੈ ਕਿ ਉਹਨੂੰ ਵੀ ਅਠਰਾਹੇ ਦਾ ਰੋਗ ਹੋ ਜਾਂਦਾ ਹੈ। ਬਿਮਾਰੀਆਂ ਦੇ ਨਾਂ ਸੁਣਨ ਨਾਲ ਵੀ ਰੋਗ ਲੱਗ ਜਾਂਦੇ ਨੇ, ਇਸ ਲਈ ਬਿਮਾਰੀਆਂ ਦੇ ਨਾਂ ਬੱਚਿਆਂ ਸਾਹਮਣੇ ਨਹੀਂ ਲਏ ਜਾਂਦੇ। ਬੇਜੀ ਕਿਹਾ ਕਰਦੇ ਬਿਮਾਰੀ ਤਾਂ ਨਾ ਲਾਓ ਤਾਂ ਉਹ ਚੰਬੜੀ ਆਉਣੀ ਹੈ, ਫਿਰ ਕਿਸੇ ਨਾ ਕਿਸੇ ਨੂੰ ਹੋਰ ਨੂੰ ਚੰਬੜ ਜਾਂਦੀ ਹੈ, ਅਤੇ ਜ਼ੁਕਾਮ ਦਾ ਨਾਂ ਸੁਣਨ ਨਾਲ ਜ਼ੁਕਾਮ ਲੱਗਣ ਦਾ ਡਰ ਹੁੰਦਾ। ਜੇ ਕਦੇ ਮੈਨੂੰ 2-4 ਨਿੱਛਾਂ ਆ ਜਾਂਦੀਆਂ ਅਤੇ ਮੈਂ ਕਹਿੰਦਾ ਮੈਨੂੰ ਜ਼ੁਕਾਮ ਹੋ ਗਿਆ ਤਾਂ ਭਾਬੀ ਜੀ ਫੌਰਨ ਬੋਲ ਪੈਂਦੇ, ਮੰਡੀ ਚੁੱਲੀ ਦੇ ਮੁੰਨਿਆਂ ਵੀ ਜ਼ੁਕਾਮ ਲੱਗਾ ਹੋਇਆ। ਮੈਂ ਹੱਸ ਪੈਂਦਾ ਤਾਂ ਬੇਜੀ ਕਹਿੰਦੇ ਇਸ ਤਰ੍ਹਾਂ ਕਹਿਣ ਨਾਲ ਸੁਣਨ ਵਾਲੇ ਨੂੰ ਜ਼ੁਕਾਮ ਨਹੀਂ ਲੱਗਣਾ। ਕੁਝ ਰੋਗ ਬੁਰੀ ਨਜ਼ਰ ਦਾ ਫਲ ਮੰਨੇ ਜਾਂਦੇ। ਨਾਨੀ ਜੀ ਕਹਿੰਦੇ ਬੱਚਿਆਂ ਕੀ ਤਾਂ ਰੋਗ ਲੱਗਣੇ ਹੀ ਨਜ਼ਰ ਨਾਲ ਨੇ, ਬੱਚਿਆਂ ਕੀ ਬਹੁਤ ਸੰਵਾਰ ਕੇ ਨਾ ਰੱਖਿਆ ਕਰੋ। ਬੱਚੇ ਨੂੰ ਜੇ ਦਸਤ ਲੱਗ ਜਾਣ ਤਾਂ ਨਜ਼ਰ ਕਿਸੇ ਖਾਂਦੇ ਵੇਖਿਆ ਏ, ਜੇ ਦੁੱਧ ਸੁੱਟੇ ਤਾਂ ਨਜ਼ਰ ਕਿਸੇ ਦੁੱਧ ਪੀਂਦੇ ਵੇਖਿਆ, ਅਤੇ ਜੇ ਢਿੱਡ ਪੀੜ ਹੋਵੇ ਤਾਂ ਨਜ਼ਰ ਸਵਾਰੋ ਸ਼ਿਕਰੇ ਬੱਚੇ ਨੂੰ ਵੇਖ ਕੇ ਕਿਸੇ ਦਾ ਦਿਲ ਜਾ ਹੀ ਨਹੀਂ ਰਿਹਾ। ਇਸ ਵਾਸਤੇ ਦਵਾਈ ਦੇਣ ਨਾਲੋਂ ਬੱਚੇ ਦੀ ਨਜ਼ਰ ਉਤਾਰਨੀ ਜ਼ਰੂਰੀ ਸਮਝੀ ਜਾਂਦੀ ਹੈ। ਕੋਈ ਮਾਂ ਮਿਰਚਾਂ ਧੁਖਾਉਂਦੀ, ਕੋਈ ਹਰਮਲ, ਕੋਈ ਫਟਕੜੀ ਵਾਰ ਕੇ ਅੱਗ 'ਚ ਬੁਲਾਉਂਦੀ ਹੈ, ਚੁਰਾਹੇ 'ਚ ਰੱਖ ਕੇ ਜੁੱਤੀਆਂ ਮਾਰਦੀ ਹੈ, ਅਤੇ ਹਰੇਕ ਦੇ ਆਪਣੇ ਢੰਗ ਹੈ। ਨਜ਼ਰ ਉਤਾਰਨ ਲਈ ਭਾਬੀ ਜੀ ਤਾਂ ਸਿਆਰੀ ਪੜਿਆ ਕਰਦੇ। ਕਈ ਰੋਗਾਂ ਦੇ ਕਾਰਨ ਬੜੇ ਅਲੌਕਿਕ ਨੇ, ਇਸ ਲਈ ਉਹਨਾਂ ਦੇ ਔੜ ਪੌੜ ਅਤੇ ਦਿਲਚਸਪਾਂ ਹਨ। ਕੁਝ ਰੋਗ ਕਿਸੇ ਅਜਿਹੀ ਚੀਜ਼ ਦੇ ਖਾਣ ਨਾਲ ਹੁੰਦੇ ਮੰਨੇ ਜਾਂਦੇ ਆ ਜਿਹੜੀ ਵਿੰਦ ਮਤਲਬ ਛੱਡੀ ਹੋਵੇ। ਇੱਕ ਵਾਰ ਸਾਡੇ ਪਿੰਡ ਦਾ ਇੱਕ ਗੰਗਾ ਭਗਤ ਰਾਮ ਪਿਆਰੇ ਹਰਿਦੁਆਰ ਯਾਤਰਾ ਕਰਨ ਲਈ ਗਿਆ, ਅਤੇ ਜਦੋਂ ਨਦੀ 'ਚੋਂ ਇਸ਼ਨਾਨ ਕਰਨ ਨਿਕਲਿਆ ਤਾਂ ਪਾਂਡੇ ਨੇ ਕਿਹਾ ਕੋਈ ਇੱਕ ਵਸਤ ਮੰਗ, ਗੰਗਾ ਮਾਈ ਨਿਮਿੱਤ ਤਿਆਗ ਦਿਓ। ਕਿਹੜੀ ਵਸਤ? ਜਿਹੜੀ ਚੰਗੀ ਲੱਗਦੀ ਹੋਵੇ ਪਰ ਜਿਹਦੇ ਖਾਏ ਬਗੈਰ ਗੁਜ਼ਾਰਾ ਚੱਲਦਾ ਰਹੇ। ਰਾਮ ਪਿਆਰੇ ਨੂੰ ਆਲੂ ਚੰਗੇ ਲੱਗਦੇ ਸੀ, ਉਹਨਾਂ ਨੇ ਚੰਗੀ ਗੰਗਾ ਮਾਈ ਅੱਗੇ ਸਿਰ ਨਵਾਉਂਦੇ ਕਿਹਾ, ਹੇ ਗੰਗਾ ਮਈਆ ਅੱਜ ਤੋਂ ਤੰਡੇ ਨਿਮਿੱਤ ਆਲੂ ਧਰ ਦਿੱਤੇ। ਪਰ ਆਲੂ ਵੇਖ ਕੇ ਰਾਮ ਪਿਆਰੀ ਦੇ ਮੂੰਹ 'ਚ ਪਾਣੀ ਆ ਜਾਂਦਾ। ਇੱਕ ਦਿਨ ਉਹ ਤੁਰਿਆ ਨਾ ਗਿਆ ਅਤੇ ਉਹਨੇ ਆਲੂ ਖਾ ਲਏ, ਬਸ ਅਜਿਹੀਆਂ ਟੱਟੀਆਂ ਲੱਗੀਆਂ ਕਿ ਬੰਦ ਹੀ ਨਾ ਹੋਣ। ਹਕੀਮ ਵਾਹ ਲਾ ਥੱਕੇ ਮਿਸ਼ਰਾਣੀ ਨੂੰ ਜਦੋਂ ਗੱਲ ਦਾ ਪਤਾ ਲੱਗਾ ਦੌੜੀ ਹੋਈ ਰਾਮ ਪਿਆਰੀ ਦੇ ਘਰ ਗਈ, ਸਮਝਾਉਣ ਲੱਗੀ ਗੰਗਾ ਮਾਈ ਲਈ ਅਵਗਿਆ ਹੋਈ ਹੈ, ਇਸ ਥਾਂ ਗੰਗਾ ਜਲ ਲਿਆ ਕੇ ਪਿਲਾਓ। ਹੁਣੇ ਨਵਾਂ ਨਰੋਆ ਹੋ ਵੰਜ ਸੀ ਅਤੇ ਉਹ ਕਈ ਦਿਨ ਗੰਗਾ ਜਲੀ ਪੀਂਦਾ ਰਿਹਾ, ਅਤੇ ਜਦੋਂ ਉਹ ਰਾਜ਼ੀ ਹੋਇਆ ਤਾਂ ਦਿਲ 'ਚ ਆਲੂਆਂ ਲਈ ਅਰੁਚੀ ਪੈਦਾ ਕਰਨ ਲਈ ਉਹ ਆਲੂਆਂ ਨੂੰ ਲੇਦਣੇ ਕਹਿਣ ਲੱਗ ਪਿਆ। ਜਿਹੜੀ ਚੀਜ਼ ਕਿਸੇ ਕਾਰਨ ਵਿੰਦ ਦਿੱਤੀ ਹੋਵੇ ਉਹਨੂੰ ਮੂੰਹ ਲੱਗਣਾ ਬਿਮਾਰੀ ਨੂੰ ਸੱਦਾ ਦੇਣਾ ਹੁੰਦਾ। ਅਜਿਹੀ ਬਿਮਾਰੀ ਜੋ ਲੋਕ ਮਨ ਦੀ ਰਚਨਾ ਹੋਵੇ ਉਹਦਾ ਉਪਾਅ ਵੀ ਕਿਸੇ ਦਵਾ ਦਾਰੂ ਕਾਰਨ ਹੀ ਹੋ ਸਕਦਾ, ਔੜ ਪੌੜ ਦੁਆਰਾ ਕਰਨਾ ਹੀ ਠੀਕ ਰਹਿੰਦਾ। ਨਹੀਂ ਤਾਂ ਮਨ 'ਤੇ ਅਜਿਹੀ ਬਿਮਾਰੀ ਜੋ ਲੋਕ ਮਨ ਦੀ ਰਚਨਾ ਹੋਵੇ ਉਹਦਾ ਉਪਾਅ ਵੀ ਕਿਸੇ ਦਵਾ ਦਾਰੂ ਰਾਹੀਂ ਕਰਨ ਦੀ ਥਾਂ ਔੜ ਪੌੜ ਦੁਆਰਾ ਕਰਨਾ ਹੀ ਠੀਕ ਰਹਿੰਦਾ, ਨਹੀਂ ਤਾਂ ਮਨ 'ਤੇ ਅਸਰ ਨਹੀਂ ਰਹਿੰਦਾ। ਕਈ ਕਥਾ ਕਹਾਣੀਆਂ ਅਤੇ ਮਹਾਂਪੁਰਖਾਂ ਦੀਆਂ ਸਾਖੀਆਂ ਸੁਣਨ ਨਾਲ ਮੱਠੇ ਹੋ ਜਾਂਦੇ ਆ। ਕਥਾ ਕਹਾਣੀਆਂ ਦਾ ਮੰਤਵ ਵਰਗਾ ਹੀ ਪ੍ਰਭਾਵ ਮੰਨਿਆ ਗਿਆ। ਜੇ ਕਿਸੇ ਨੇ ਅੱਧੇ ਸਿਰ 'ਚ ਪੀੜ ਹੁੰਦੀ ਹੈ ਤਾਂ ਬੇਰੀ ਵਾਲੇ ਸਾਧ ਕੋਲ ਜਾ ਕੇ ਅੱਧ ਸੀਸੀ ਦਾ ਕਥਾ ਸੁਣਾਉਂਦਾ, ਮਾਰ ਖਾਣ ਸੁਣਾਉਣ ਮਗਰੋਂ ਹੱਥੌਲਾ ਕਰਦਾ ਅਤੇ ਨਿੰਮ ਦੇ ਪੱਤਿਆਂ ਨੂੰ ਦੇ ਗੁੱਛੇ ਨੂੰ ਸਿਰ ਤੋਂ ਅੱਧੇ ਪਾਸੇ ਵੱਲ ਫੇਰਦਾ ਜਿੱਧਰ ਪੀੜ ਹੁੰਦੀ। ਬਸ ਸਵੇਰੇ ਸ਼ਾਮੀ 2 ਵਾਰੀ ਹੱਥੌਲਾ ਕਰਨ ਲਈ ਦਰਦ ਦੂਰ ਹੋ ਜਾਂਦਾ। ਤੀਏ ਦਾ ਤਾਪ ਹੋਵੇ ਤਾਂ ਕਈ ਲੋਕ ਭਾਈ ਜੀ ਤੋਂ ਭਾਈ ਲਾਲੋ ਦੀ ਕਥਾ ਸੁਣਦੇ। ਉਹ ਕਥਾ ਸੁਣ ਕੇ ਭਾਈ ਲਾਲੋ ਦੀ ਦੁਹਾਈ ਪਾਉਂਦਾ ਅਤੇ ਤਾਪ ਰਫਾ ਹੋ ਜਾਂਦਾ। ਬੇਜੀ ਤਾਂ ਕਹਿੰਦੇ ਕੋਹੜ ਵਰਗਾ ਰੋਗ ਵੀ ਨਚੇਕਤਾ ਦੀ ਕਥਾ ਸੁਣਨ ਨਾਲ ਠੀਕ ਹੋ ਜਾਂਦਾ ਹੈ। ਪਰ ਗੁਰਦੁਆਰੇ ਦੇ ਭਾਈ ਦਾ ਵਿਸ਼ਵਾਸ ਸੀ ਕਿ ਬੀਬੀ ਰਜਨੀ ਦੀ ਕਥਾ ਹਰ ਰੋਜ਼ ਸਵੇਰੇ 7 ਦਿਨ ਸੁਣੀ ਜਾਵੇ ਅਤੇ ਮਗਰੋਂ ਸਾਰੇ ਜਿਸਮ ਉੱਤੇ ਅੰਮ੍ਰਿਤ ਦੇ ਛੱਟੇ ਮਾਰੇ ਜਾਣ ਤਾਂ ਕਿਹੜਾ ਰੋਗ ਅਤੇ ਦਲਿੱਦਰ ਹੈ ਜੋ ਨਸ਼ਟ ਨਹੀਂ ਹੁੰਦਾ। ਮਿਸ਼ਰਾਣੀ ਨੂੰ ਕਈ ਰੋਗਾਂ ਦਾ ਨੂੰ ਰਫਾ ਕਰਨ ਦੀਆਂ ਕਥਾਵਾਂ ਆਉਂਦੀਆਂ ਸੀ। ਜੇ ਕਥਾ ਸੁਣ ਕੇ ਵੀ ਕਿਸੇ ਦੀ ਬਿਮਾਰੀ ਦੂਰ ਨਾ ਹੁੰਦੀ ਤਾਂ ਮਿਸ਼ਰਾਣੀ ਕਿਹਾ ਕਰਦੀ, ਕਿਸੇ ਚੰਦਰੀ ਰੂਹ ਨੇ ਕਥਾ ਨਾਲ ਬਹਿ ਕੇ ਸੁਣ ਕਿੱਦੀ ਕਥਾ ਦਾ ਅਸਰ ਕਿਵੇਂ ਹੋਵੇ। ਅਤੇ ਵਿਸ਼ਵਾਸ ਸੀ ਕਿ ਜੇ ਕਥਾ ਕਰਨ ਵੇਲੇ ਕੋਈ ਚੰਦਰੀ ਰੂਹ ਨੇੜੇ ਤੇੜੇ ਹੋਵੇ ਜਾਂ ਨਾਲ ਬਹਿ ਕੇ ਕਥਾ ਸੁਣ ਲਏ ਤਾਂ ਰਹੱਸਮਈ ਪ੍ਰਭਾਵ ਖੰਡਿਤ ਹੋ ਜਾਂਦਾ। ਚੰਦਰੀ ਰੂਹ ਨੂੰ ਦੂਰ ਰੱਖਣ ਲਈ ਮਿਸ਼ਰਾਣੀ ਕਹਿੰਦੀ ਕਿ ਪਹਿਲਾਂ ਹਵਨ ਕੀਤਾ ਜਾਏ, ਪਰ ਐਡੇ ਅਡੰਬਰ ਕੌਣ ਕਰੇ।
ਕੁਝ ਰੋਗਾਂ ਦਾ ਇਲਾਜ ਮੰਤਰ ਦੁਆਰਾ ਵੀ ਕੀਤਾ ਜਾਂਦਾ ਹੈ। ਦਾੜ ਦੇ ਦਰਦ ਵਾਸਤੇ ਲੋਕ ਛੱਪੜ ਵੱਲੇ ਪੀਰ ਕੋਲੇ ਜਾਂਦੇ ਆ, ਕਈ ਵਾਰ ਮੰਤਰ ਫੂਕਦਾ, ਕਈ ਵਾਰ ਝਾੜਾ ਕਰਦਾ, ਰੋਗੀ ਨੂੰ ਆਪਣੇ ਸਾਹਮਣੇ ਬਿਠਾ ਕੇ ਮੰਤਰ ਗੁਣਗੁਣਾਉਂਦਾ। ਕਾਲਾ ਕੀੜਾ ਕੱਜਲਾ, ਬੱਤੀ ਦੰਦ ਚਰੇ, ਬਰਕਤ ਸ਼ੇਖ ਫਰੀਦ ਦੀ ਕਾਲਾ ਕੀੜਾ ਵਿੱਚੋਂ ਮਰੇ ਹੁੰਦਾ ਪੀਰ ਉਸਤਾਦ। ਇਹ ਉਹ ਮੰਤਰ ਹੋਇਆ, ਤਿੰਨ ਫੂਕਾਂ ਮਾਰਦਾ, ਜੇ ਦਰਦ ਮੱਠਾ ਨਾ ਹੋਵੇ ਤਾਂ ਨਿੰਮ ਦੀ ਟਹਿਣੀ ਅਤੇ ਕਈ ਹੋਰ ਮੰਤਰ ਪੜ੍ਹ ਕੇ ਦਿੰਦਾ। ਰੋਗੀ ਜਿਵੇਂ ਜਿਵੇਂ ਮੰਤਰੀ ਹੋਏ ਨਿੰਮ ਚਿੱਥਦਾ, ਉਹਦਾ ਦਰਦ ਘੱਟਦਾ ਜਾਂਦਾ। ਜੇ ਕਿਸੇ ਨੂੰ ਠੂਹਾਂ ਜਾਂ ਸੱਪ ਲੜ ਜਾਂਦਾ, ਲੋਕ ਮਾਂਦਰੀ ਬੁਲਾਉਂਦੇ। ਮਾਂਦਰੀ ਬਾਰੇ ਤਾਂ ਇਹ ਗੱਲ ਪ੍ਰਚਲਿਤ ਸੀ ਕਿ ਬੀਨ ਵਜਾ ਕੇ ਅਤੇ ਮੰਤਰ ਫੂਕ ਕੇ ਉਹਨੂੰ ਸੱਪ ਨੂੰ ਬੁਲਾ ਲੈਂਦਾ। ਜਿਹਨੇ ਡੰਗ ਮਾਰਿਆ ਹੋਵੇ, ਸੱਪ ਆ ਕੇ ਜ਼ਹਿਰ ਚੂਸ ਲੈਂਦਾ, ਰੋਗੀ ਨਵਾਂ ਨਰੋਆ ਹੋ ਕੇ ਉੱਠ ਬੈਠਦਾ। ਪਰ ਕਿਸੇ ਨੇ ਅੱਜ ਤੱਕ ਇਸ ਤਰ੍ਹਾਂ ਸੱਪ ਨੂੰ ਆਉਂਦੇ ਅਤੇ ਜ਼ਹਿਰ ਚੂਸਦੇ ਵੇਖਿਆ ਨਹੀਂ ਸੀ। ਕਈ ਕਹਿੰਦੇ ਸੱਪ ਅਦ੍ਰਿਸ਼ਟ ਰੂਪ 'ਚ ਆ ਕੇ ਜ਼ਹਿਰ ਚੂਸ ਜਾਂਦਾ, ਇਸੇ ਲਈ ਵਿਖਾਈ ਨਹੀਂ ਦਿੰਦਾ। ਉਹਨਾਂ ਦੀਆਂ ਉਹੀ ਜਾਣਨ, ਠੂਏ ਦੇ ਡੰਗ ਦਾ, ਡੰਗੇ ਦਾ ਮੰਤਰ ਤਾਂ ਨਾਨਾ ਜੀ ਨੂੰ ਵੀ ਆਉਂਦਾ। ਕਾਲਾ ਬਿਛੂਆ ਕੰਕਰ ਵਾਲਾ, ਡੰਗੋ ਪੁੱਠਾ ਪੁੱਛਲੋਂ ਕਾਲਾ, ਸੋਨੇ ਦੀ ਗੜਵੀ ਰੁਪਏ ਦਾ ਪ੍ਰਾਣ ਪਰਨਾਲਾ, ਛਿੜਵੇ ਬਿਛੂਏ ਛਿੜ ਆਇਆ ਗੁੱਗੇ ਦਾ ਸਾਲਾ। ਇਹ ਮੰਤਰ ਤਿੰਨ ਵਾਰ ਪੜ੍ਹ ਕੇ ਡੰਗੀ ਹੋਈ ਥਾਂ 'ਤੇ ਫੂਕਾ ਮਾਰਨ ਨਾਲ ਦਰਦ ਦੂਰ ਹੋ ਜਾਂਦਾ। ਅੱਧੇ ਸਿਰ ਦੀ ਪੀੜ ਲਈ ਕਈ ਲੋਕ ਖਾਨਗਾਹ ਵਾਲੇ ਪੀਰ ਕੋਲ ਜਾਂਦੇ। ਉਹ ਨਿੰਮ ਦਾ ਗੁੱਛਾ ਲੈ ਕੇ ਪੀੜ ਵਾਲੇ ਪਾਸੇ ਵੱਲ ਫੇਰਦਾ ਹੋਇਆ ਉਹ ਮੰਤਰ ਫੂਕਦਾ। ਅੱਧੇ ਵਣ ਦੀ ਲੱਕੜੀ, ਸਾਰੇ ਵਣ ਕੋ ਖਾਏ, ਉੱਠ ਮੁਹੰਮਦ ਝਾੜ ਦੇ ਅੱਧ ਸਿਰੀ ਕਾ ਜਾਏ। ਬਵਾਸੀਰ ਦਾ ਰੋਗ ਦੂਰ ਕਰਨ ਲਈ ਵੀ ਇੱਕ ਟੂਣਾ ਪ੍ਰਚਲਿਤ ਹੈ। ਬਿਮਾਰ ਆਦਮੀ ਮੰਗਲਵਾਰ ਦੀ ਰਾਤ ਨੂੰ ਆਪਣੇ ਪੈਰਾਂ ਦੇ ਅੰਗੂਠੇ ਦੁਆਲੇ ਸਫੈਦ, ਲਾਲ, ਹਰੇ, ਪੀਲੇ ਅਤੇ ਕਾਲੇ ਰੰਗ ਦੇ 5 ਸੂਤੀ ਧਾਗੇ ਬੰਨੇ। 15 ਦਿਨਾਂ ਦੇ ਬਾਅਦ ਮੰਗਲਵਾਰ ਨੂੰ ਹੀ ਖੋਲ੍ਹ ਕੇ ਹਨੂੰਮਾਨ ਦਾ ਪ੍ਰਸ਼ਾਦ ਵੰਡੇ ਤਾਂ ਬਵਾਸੀਰ ਦੂਰ ਹੋ ਜਾਂਦੀ ਹੈ। ਇਹ ਟੂਣਾ ਮਿਸ਼ਰਾਣੀ ਬਵਾਸੀਰ ਦੇ ਰੋਗੀਆਂ ਨੂੰ ਦੱਸਿਆ ਕਰਦੀ। ਅਤੇ ਜੇ ਕਿਸੇ ਨੂੰ ਸੋਕੇ ਦੀ ਬਿਮਾਰੀ ਹੋਵੇ ਤਾਂ ਉਸ ਬੱਚੇ ਨੂੰ ਚੁਰਾਹੇ 'ਚ ਖੋਤੇ 'ਤੇ ਬਿਠਾ ਕੇ ਨਵਾਲਦੇ। ਜੇ ਕੋਈ ਤੰਦਰੁਸਤ ਬੱਚਾ ਉੱਥੋਂ ਦੀ ਲੰਘ ਜਾਏ ਤਾਂ ਉਹਨੂੰ ਪਰਛਾਵਾਂ ਲੱਗ ਜਾਂਦਾ। ਕੁਝ ਰੋਗਾਂ ਦਾ ਇਲਾਜ ਛੱਲਿਆਂ, ਘੋਗਿਆਂ, ਕੌਡਾਂ ਅਤੇ ਪੱਥਰਾਂ ਨਾਲ ਕੀਤਾ ਜਾਂਦਾ। ਬਵਾਸੀਰ ਦਾ ਰੋਗ ਦੂਰ ਕਰਨ ਲਈ ਕਈ ਸਿਆਣੇ ਮੁੰਦਰਿਆ ਹੋਇਆ ਛੱਲਾਂ ਉਂਗਲੀ 'ਚ ਪਾਉਣ ਲਈ ਕਹਿੰਦੇ ਨੇ। ਕੁਝ ਰੋਗ ਖਾਸ ਖਾਸ ਖੂਹਾਂ ਅਤੇ ਸਰੋਵਰਾਂ 'ਤੇ ਇਸ਼ਨਾਨ ਕਰਨ ਨਾਲ ਦੂਰ ਹੋ ਜਾਂਦੇ ਮੰਨੇ ਜਾਂਦੇ ਨੇ। ਬਾਂਝ ਪਣ ਵਾਲੀਆਂ ਤੀਵੀਆਂ ਸਿਆਲਕੋਟ ਪੂਰਨ ਦੇ ਖੂਹ 'ਤੇ ਇਸ਼ਨਾਨ ਕਰਨ ਵਾਸਤੇ ਜਾਂਦੀਆਂ ਸਨ। ਧੰਨਵਾਦ।